मां धरती है तेरी गोद नू मां धरती है तेरी गोद नू जन होर बथेरे मां धरती है तेरी गोद नू जन होर बथेरे तू मगदा रही वे सूरजा कमियां दे वेड़े ਸਾਰੇ ਹੀ ਸੁਣਨ ਵਾਲੇ ਸਰੋਤਿਆਂ ਦਾ ਦੋਸਤਾਂ ਦਾ ਸੱਜਣਾ ਮਿੱਤਰਾਂ ਦਾ ਸਵਾਗਤ ਹੈ ਪ੍ਰੋਗਰਾਮ ਸੋਚ ਦਾ ਸਫ਼ਰ ਵਿੱਚ ਸਾਥੀਓ ਇਹ ਪ੍ਰੋਗਰਾਮ ਤੁਸੀਂ ਸੁਣਦੇ ਹੋ ਹਰ ਸੋਮਵਾਰ ਸ਼ਾਮ 5 ਵਜੇ ਤੋਂ 5:55 ਤੱਕ ਪਲੈਨਟ 104.6 FM ਤੇ ਮੇਰੇ ਨਾਲ ਯਾਨੀ ਅਨੂ ਨਾਲ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਲਈ ਮਦਦਗਾਰ ਹੁੰਦੇ ਨੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਅੱਜ ਦੇ ਪ੍ਰੋਗਰਾਮ ਵਿੱਚ ਜਲਦ ਹੀ ਅਸੀਂ ਤੁਹਾਨੂੰ ਪੰਜਾਬ ਇੰਡੀਆ ਲੈ ਕੇ ਜਾਵਾਂਗੇ ਜਿੱਥੇ ਕਿ ਖਾਸ ਜਿਹੜੀ ਗੱਲਬਾਤ ਅਸੀਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ ਤੁਸੀਂ ਖ਼ਬਰਾਂ ਵਿੱਚ ਪੜ੍ਹਿਆ ਹੀ ਹੋਏਗਾ ਸੁਣਿਆ ਦੇਖਿਆ ਹੋਏਗਾ ਕਿ ਅਜਨਾਲਾ ਵਿਖੇ ਜਿਹੜਾ ਸ਼ਹੀਦਾਂ ਵਾਲਾ ਖੂਹ ਉਹਦੀ ਐਕਸਕਵੇਸ਼ਨ ਹੋਈ ਹੈ ਉਹਦੇ ਵਿੱਚੋਂ ਜਿਹੜੇ ਮ੍ਰਿਤਕ
ਸਰੀਰ ਤੇ ਨਹੀਂ ਕਹਿਣਾ ਚਾਹੀਦਾ ਹੱਡੀਆਂ ਪਿੰਜਰ ਵਗੈਰਾ ਜੋ ਕੱਢੇ ਗਏ ਨੇ ਉਹ ਸਾਰੇ ਸਿਲਸਿਲੇ ਵਿੱਚ ਇੱਕ ਅਪਡੇਟ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਪੰਜਾਬ ਤੋਂ ਨਰਿੰਦਰ ਕੁਮਾਰ ਜੀਤ ਜੀ ਜੋ ਕਿ ਬਠਿੰਡਾ ਵਿਖੇ ਐਡਵੋਕੇਟ ਹਨ ਔਰ ਕਿਸਾਨੀ ਜਥੇਬੰਦੀਆਂ ਵਿੱਚ ਵੀ ਸਰਗਰਮੀ ਨਾਲ ਸੰਘਰਸ਼ ਕਰਦੇ ਨੇ ਔਰ ਲੋਕ ਮੋਰਚਾ ਪੰਜਾਬ ਦੇ ਜਿਹੜੇ ਆਰਗਨਾਈਜ਼ਰਸ ਨੇ ਉਹਨਾਂ ਵਿੱਚੋਂ ਇੱਕ ਨੇ ਸੋ ਜਲਦ ਹੀ ਉਹਨਾਂ ਨਾਲ ਅਸੀਂ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਉਹ ਸਾਨੂੰ ਇਸ ਸਾਰੇ ਸਿਲਸਿਲੇ ਦੀ ਅਪਡੇਟ ਦੇ ਸਕਣ ਉਸ ਤੋਂ ਇਲਾਵਾ ਜਿਸ ਤਰ੍ਹਾਂ ਕਿ ਪਿਛਲੇ ਹਫ਼ਤੇ ਦੇ ਪ੍ਰੋਗਰਾਮ ਵਿੱਚ ਮੈਂ ਜ਼ਿਕਰ ਕੀਤਾ ਸੀਗਾ ਕਿ ਦੋ ਹਫ਼ਤੇ ਪਹਿਲੇ ਦਾ ਜਿਹੜਾ ਸੋਚ ਦਾ ਸਫ਼ਰ ਵਿੱਚ ਸੀ ਜਿਹਦੇ ਵਿੱਚ ਭਾਰਤੀ ਜੀ ਹੋਰਾਂ ਨੇ ਰਿਜ਼ਰਵੇਸ਼ਨ ਦੇ ਟੋਪਿਕ 'ਤੇ ਕੁਛ ਡਿਸਕਸ਼ਨ ਕੀਤੀ ਸੀ ਤੁਹਾਡੇ ਸਾਰਿਆਂ ਦੇ ਨਾਲ ਤੋ ਉਹਦੇ 'ਤੇ ਇੱਕ ਦੋ ਸਵਾਲ ਕੀਤੇ ਗਏ ਨੇ ਕਿੰਤੂ ਪਰੰਤੂ ਕੀਤੇ ਗਏ ਨੇ ਕੁਝ ਸਰੋਤਿਆਂ ਦੁਆਰਾ ਤੋ ਉਸ ਸਾਰੀ ਗੱਲਬਾਤ ਨੂੰ ਲੈ ਕੇ ਭਾਰਤੀ ਜੀ ਨੂੰ ਵੀ ਅਸੀਂ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਖੁਦ ਉਹ ਸਾਰੀ ਗੱਲਬਾਤ ਦਾ ਜਿਹੜਾ ਵਿਸਥਾਰ ਹੈ ਜਿਹੜੇ ਵੀ ਕੋਈ ਪ੍ਰਸ਼ਨ ਉਠਾਏ ਗਏ ਨੇ ਉਹਨਾਂ ਦਾ ਜਵਾਬ ਦੇ ਸਕਣ ਅਗਰ ਵਕਤ ਨੇ ਇਜਾਜ਼ਤ ਦਿੱਤੀ ਤਾਂ ਇੱਥੋਂ ਦੀਆਂ ਲੋਕਲ ਜਿਹੜੀਆਂ ਕੁਝ ਇੱਕ ਖ਼ਬਰਾਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਔਰ ਆਖਿਰ ਵਿੱਚ ਕੋਸ਼ਿਸ਼ ਰਹੇਗੀ ਕਿ ਜਿਸ ਤਰ੍ਹਾਂ ਪਿਛਲੀ ਵਾਰੀ ਮੈਂ ਦੁਬਾਰਾ ਤੋਂ ਇੱਕ ਸਿਲਸਿਲਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਫੂਡ ਜਾਂ ਸਾਡੇ ਜਿਹੜਾ ਖਾਣਾ ਪੀਣਾ ਹੈ ਉਹਦੇ ਨਾਲ ਸੰਬੰਧਿਤ ਕੁਝ ਨਾ ਕੁਝ ਤੁਹਾਨੂੰ ਜਾਣਕਾਰੀ ਹਰ ਹਫ਼ਤੇ ਦਿੱਤੀ ਜਾਵੇ ਤੋ ਇਸ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਤੁਹਾਡੇ ਲਈ ਪੇਸ਼ ਕਰਨ ਦੀ ਕੋਸ਼ਿਸ਼ ਰਹੇਗੀ ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਪੰਜਾਬ ਲੈ ਕੇ ਚੱਲੀਏ ਜਿਹੜੀ ਇੱਕ ਬੜੀ ਚਿੰਤਾ ਦਾ ਵਿਸ਼ਾ ਖ਼ਬਰ ਇੱਥੇ ਨਿਊਜ਼ੀਲੈਂਡ ਦੀਆਂ ਅਖ਼ਬਾਰਾਂ ਵਿੱਚ ਵੀ ਹੈ ਮੇਰਾ ਖਿਆਲ ਦੁਨੀਆਂ ਭਰ ਵਿੱਚ ਹੀ ਹੋਏਗੀ ਖ਼ਬਰ ਕਿ ਜਿਹੜਾ ਮਲੇਸ਼ੀਆ ਏਅਰਲਾਈਨ ਦਾ ਇੱਕ ਹਵਾਈ ਜਹਾਜ਼ ਜੋ ਕਿ ਕੁਆਲਾਲੰਪੁਰ ਤੋਂ ਬੀਜਿੰਗ ਜਾ ਰਿਹਾ ਸੀ ਉਹ ਹਾਲੇ ਤੱਕ ਵੀ ਲਾਪਤਾ ਹੈ ਤੋ ਬੜੀ ਮੈਂ ਤਾਂ ਇਹੀ ਕਹਾਂਗੀ ਕਿ ਚਿੰਤਾ ਦਾ ਵਿਸ਼ਾ ਹੈ ਔਰ ਜਿੰਨੇ ਵੀ ਉਹਦੇ ਵਿੱਚ ਯਾਤਰੀ ਸਵਾਰ ਨੇ ਉਹਨਾਂ ਦੇ ਸਗੇ ਸੰਬੰਧੀ ਪਰਿਵਾਰ ਦੋਸਤ ਮਿੱਤਰ ਉਹਨਾਂ ਲਈ ਤਾਂ ਬਹੁਤ ਹੀ ਜ਼ਿਆਦਾ ਕਠਿਨ ਸਮਾਂ ਹੋਏਗਾ ਇਸ ਵਕਤ ਤੋ ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਜੋ ਵੀ ਦੁੱਖ ਦਰਦ ਹੈ ਉਹਨੂੰ ਮਹਿਸੂਸ ਕਰਨ ਦੀ ਵੀ ਕੋਸ਼ਿਸ਼ ਕਰ ਸਕਦੇ ਹਾਂ ਇਸ ਤੋਂ ਵੱਧ ਦੂਰ ਬੈਠੇ ਸ਼ਾਇਦ ਕੁਛ ਮੁਮਕਿਨ ਨਹੀਂ ਹੋਏਗਾ ਸਾਡੇ ਲਈ ਕਰਨਾ ਖੈਰ ਆਸ ਕਰਦੇ ਹਾਂ ਕਿ ਇਹ ਜਿਹੜਾ ਜਹਾਜ਼ ਲਾਪਤਾ ਹੋਇਆ ਹੈ ਆਸ ਕਰਦੇ ਹਾਂ ਕਿ ਇਹਦੇ 'ਚੋਂ ਪੋਜ਼ਿਟਿਵ ਖ਼ਬਰ ਅਗਲੀ ਜਲਦ ਤੋਂ ਜਲਦ ਮਿਲੇ ਤੋਂ ਬਿਹਤਰ ਹੋਏਗਾ ਤੋ ਦੋਸਤੋ ਇਸ ਤਰ੍ਹਾਂ ਹੀ ਤੁਸੀਂ ਮੇਰੇ ਨਾਲ ਬਣੇ ਰਹਿਣਾ ਸੋਚਦਾ ਸਫ਼ਰ ਵਿੱਚ ਜਲਦ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਨਰਿੰਦਰ ਕੁਮਾਰ ਜੀਤ ਜੀ ਨੂੰ ਤੁਹਾਡੇ ਰੂਬਰੂ ਕਰ ਸਕੀਏ ਬਠਿੰਡਾ ਪੰਜਾਬ ਤੋਂ ਓ ਸ਼ਹੀਦੋ ਓ ਸ਼ਹੀਦੋ ਓ ਸ਼ਹੀਦੋ ਓ ਸ਼ਹੀਦੋ ਤੁਮ ਪੇ ਸਾਰੇ ਦੇਸ਼ ਕੋ ਅਭਿਮਾਨ ਹੈ ਤੁਮ ਪੇ ਸਾਰੇ ਦੇਸ਼ ਕੋ ਅਭਿਮਾਨ ਹੈ तुमने वतन पे जान दी तुमने वतन पे हाँ पे ये एहसान है
ਸਾਥੀਓ ਅਗਰ ਤੁਸੀਂ ਹੁਣੇ ਹੁਣੇ ਸਾਡੇ ਨਾਲ ਹੋਏ ਹੋ ਤਾਂ ਪ੍ਰੋਗਰਾਮ ਸੁਣ ਰਹੇ ਹੋ ਸੋਚ ਦਾ ਸਫ਼ਰ ਇਹ ਪ੍ਰੋਗਰਾਮ ਤੁਹਾਡੇ ਲਈ ਹਰ ਸੋਮਵਾਰ ਪੇਸ਼ ਕੀਤਾ ਜਾਂਦਾ ਹੈ ਸ਼ਾਮ 5 ਤੋਂ 5:55 ਤੱਕ ਪਲੈਨਟ 104.6 FM ਤੋਂ ਔਰ ਜਿਸ ਤਰ੍ਹਾਂ ਕਿ ਸ਼ੁਰੂ ਵਿੱਚ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਅਸੀਂ ਤੁਹਾਨੂੰ ਬਠਿੰਡਾ ਪੰਜਾਬ ਲੈ ਕੇ ਜਾਵਾਂਗੇ ਜਿੱਥੇ ਕਿ ਨਰਿੰਦਰ ਕੁਮਾਰ ਜੀਤ ਜੀ ਜੋ ਕਿ ਉੱਥੇ ਐਡਵੋਕੇਟ ਹਨ ਔਰ ਲੋਕ ਮੋਰਚਾ ਪੰਜਾਬ ਦਾ ਜਿਹੜਾ ਮੁਕਤੀ ਮਾਰਗ ਇੱਕ ਬਲੌਗ ਹੈ ਉਹਦੇ ਵੀ ਬਹੁਤ ਜ਼ਿਆਦਾ ਔਰਗਨਾਈਜੇਸ਼ਨ ਕਰਦੇ ਨੇ ਔਰ ਕਿਸਾਨੀ ਸੰਘਰਸ਼ ਵਿੱਚ ਜਿੰਨੀਆਂ ਵੀ ਜਥੇਬੰਦੀਆਂ ਇਨਵੋਲਵਡ ਨੇ ਉਹਨਾਂ ਨਾਲ ਵੀ ਬਹੁਤ ਜ਼ਿਆਦਾ ਸਰਗਰਮੀ ਨਾਲ ਇਹ ਗਰਾਸਰੂਟਸ ਲੈਵਲ 'ਤੇ ਗਰਾਊਂਡ 'ਤੇ ਕੰਮ ਕਰਦੇ ਨੇ ਤੋ ਖ਼ਬਰ ਜਿਹੜੀ ਇਨਫੋਰਮੇਸ਼ਨ ਤੁਹਾਡੇ ਲਈ ਇਹ ਦੇਣ ਜਾ ਰਹੇ ਨੇ ਉਹ ਅਜਨਾਲਾ ਵਿਖੇ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸ਼ਹੀਦਾਂ ਵਾਲਾ ਖੂਹ ਜਿਹੜਾ ਕਿ ਗੁਰਦੁਆਰਾ ਸ਼ਹੀਦਗੰਜ ਹੈ ਜਿੱਥੇ ਉਹ 1857 ਦੇ ਗਦਰ ਦੌਰਾਨ 1857 ਦਾ ਗਦਰ ਜਿਹਨੂੰ ਕਿ ਅਸੀਂ ਭਾਰਤ ਦਾ ਜਾਂ ਹਿੰਦੁਸਤਾਨ ਦਾ ਪਹਿਲਾ ਆਜ਼ਾਦੀ ਦਾ ਸੰਘਰਸ਼ ਜਾਂ ਸੰਗਰਾਮ ਵੀ ਕਹਿ ਸਕਦੇ ਹਾਂ ਉਸ ਵਕਤ ਜਿਹੜਾ ਇੱਕ ਰਿਬੈਲੀਅਨ ਜਾਂ ਗਦਰ ਹੋਇਆ ਉਹਦੇ ਤਹਿਤ ਅਜਨਾਲਾ ਵਿੱਚ ਵੀ ਜਿਹੜੀ 26th ਨੇਟਿਵ ਇਨਫੈਂਟਰੀ ਸੀ ਉਹ ਔਰ ਕੁਝ ਸਿਵਿਲੀਅਨਸ ਨੇ ਰਲ ਕੇ ਜਿਹੜੀ ਬਗਾਵਤ ਕੀਤੀ ਉਹਦੇ ਤਹਿਤ ਉਹ ਲਾਹੌਰ ਤੋਂ ਰਾਵੀ ਦਰਿਆ ਨੂੰ ਪਾਰ ਕਰਦੇ ਕਰਦੇ ਔਖੇ ਸੌਖੇ ਅਜਨਾਲਾ ਵਿਖੇ ਆ ਗਏ ਤੇ ਉੱਥੇ ਉਸ ਵਕਤ ਜਿਹੜਾ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਸੀ ਫਰੈਡਰਿਕ ਹੈਨਰੀ ਕੂਪਰ ਉਹਨੇ ਇਹ ਸਾਰੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਔਰ ਮੈਂ ਬਿਲਕੁਲ ਸੰਖੇਪ ਵਿੱਚ ਗੱਲਬਾਤ ਕਰਾਂਗੀ ਕਿਉਂਕਿ ਫਿਰ ਅਸੀਂ ਜੀਤ ਸਾਹਿਬ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਡਾਇਰੈਕਟ ਤੋ ਹੋਇਆ ਕਿ 282 ਲੋਕ ਸਨ ਜਿਨ੍ਹਾਂ ਨੂੰ ਇਸ ਤੋਂ ਜ਼ਿਆਦਾ ਸਨ ਕਰੀਬ 500 ਸਿਪਾਹੀ ਸਨ ਜਿਨ੍ਹਾਂ ਨੂੰ ਫੜਿਆ ਗਿਆ ਕੈਦ ਕੀਤਾ ਔਰ ਇੰਨੀ ਤੰਗ ਛੋਟੀ ਜਿਹੀ ਜਗ੍ਹਾ ਵਿੱਚ ਫਿਜ਼ੀਕਲੀ ਛੋਟੀ ਜਗ੍ਹਾ ਵਿੱਚ ਇਹਨਾਂ ਨੂੰ ਕੈਦ ਕੀਤਾ ਗਿਆ ਕਿ ਕਾਫੀ ਸਾਰੇ ਲੋਕ ਸਾਹ ਘੁੱਟ ਕੇ ਹੀ ਮਰ ਗਏ ਉਸ ਤੋਂ ਬਾਅਦ ਜਿਹੜੇ 282 ਲੋਕ ਬਚੇ ਸਨ ਉਹਨਾਂ ਨੂੰ ਮਾਰ ਕੇ ਲਾਸ਼ਾਂ ਉਹਨਾਂ ਦੀਆਂ ਖੂਹ ਵਿੱਚ ਸੁੱਟ ਦਿੱਤੀਆਂ ਗਈਆਂ ਤੋ ਇਹਨੂੰ ਕਾਲੀਆਂ ਵਾਲਾ ਖੂਹ ਵੀ ਕਹਿੰਦੇ ਰਹੇ ਨੇ ਤੋ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਗਿਆ ਗੁਰਦੁਆਰਾ ਸ਼ਹੀਦਗੰਜ ਤੋ ਪਿਛਲੇ ਦਿਨੀ ਮੇਰਾ ਖਿਆਲ ਹੈ ਗੁਰਦੁਆਰਾ ਕਮੇਟੀ ਔਰ ਕੁਝ ਨਾਗਰਿਕਾਂ ਨੇ ਵਾਲੰਟੀਅਰਸ ਨੇ
ਮਿਲ ਕੇ ਐਕਸਕਵੇਸ਼ਨ ਕੀਤੀ ਔਰ ਉਹ ਜਿਹੜੇ 282 ਸ਼ਹੀਦ ਮੈਂ ਤੇ ਉਹਨਾਂ ਨੂੰ ਸ਼ਹੀਦੀ ਕਵਾਂਗੇ ਹਾਲੇ ਸ਼ਾਇਦ ਸਰਕਾਰ ਨੇ ਇਹਨਾਂ ਨੂੰ ਕੌਮੀ ਸ਼ਹੀਦਾਂ ਦਾ ਰੁਤਬਾ ਨਹੀਂ ਦਿੱਤਾ ਤੋ ਇਹ ਜਿਹੜੇ ਸ਼ਹੀਦ ਹਨ ਇਹਨਾਂ ਦੇ ਰਿਮੇਨਸ ਜਿਹੜੇ ਨੇ ਉੱਥੋਂ ਖੁਦਵਾਈ ਕਰਕੇ ਕੱਢੇ ਨੇ ਤੋ ਨਰਿੰਦਰ ਕੁਮਾਰ ਜੀਤ ਜੀ ਤੁਸੀਂ ਆਨ ਏਅਰ ਹੋ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੋਚ ਦਾ ਸਫ਼ਰ ਵਿੱਚ ਸ਼ੁਕਰੀਆ ਮੈਡਮ ਤੁਹਾਡਾ ਹਾਂਜੀ ਜਿਸ ਤਰ੍ਹਾਂ ਹਾਂਜੀ ਤੁਸੀਂ ਮੈਂ ਇਹ ਗੁਜ਼ਾਰਿਸ਼ ਕਰਾਂਗੀ ਕਿ ਸਾਡੇ ਸਰੋਤਿਆਂ ਵਾਸਤੇ ਅਗਰ ਸ਼ੁਰੂ ਤੋਂ ਅਸੀਂ ਸਿਲਸਿਲਾ ਸ਼ੁਰੂ ਕਰੀਏ ਕਿ ਖੁਦਵਾਈ ਕਦੋਂ ਸ਼ੁਰੂ ਹੋਈ ਔਰ ਕਿਸਨੇ ਕਰਵਾਈ ਔਰ ਕੀ ਕਾਰਗੁਜ਼ਾਰੀ ਹੁਣ ਤੱਕ ਹੋ ਚੁੱਕੀ ਹੈ ਇਸ ਯਾਨੀ ਖੂਹ ਦੀ ਜਿਹੜੀ ਖੁਦਵਾਈ ਹੈਗੀ ਹੈ ਇਹ ਪਿੱਛੇ 27 ਫਰਵਰੀ ਤੋਂ ਸ਼ੁਰੂ ਹੋਈ ਹੈ ਜੀ ਹੁਣ ਤੱਕ ਯਾਨੀ ਖੁਦਾਈ ਮੁਕੰਮਲ ਹੋ ਚੁੱਕੀ ਹੈ 282 ਖੋਪੜੀਆਂ ਪਿੰਜਰ ਉਹ ਬਾਹਰ ਕੱਢੇ ਜਾ ਚੁੱਕੇ ਨੇ ਜੀ ਇਸ ਤੋਂ ਅੱਗੇ ਉਹਨਾਂ ਦਾ ਯਾਨੀ ਜਿਹੜੀ ਕਮੇਟੀ ਹੈ ਕਮੇਟੀ ਵੱਲੋਂ ਫੈਸਲਾ ਇਹ ਕੀਤਾ ਗਿਆ ਹੈ ਕਿ ਅਸੀਂ ਇਹਨਾਂ ਸਾਰੇ ਪਿੰਜਰਾਂ ਨੂੰ ਸਾਰੀਆਂ ਖੋਪੜੀਆਂ ਨੂੰ ਇੱਕ ਮਿਊਜ਼ੀਅਮ ਦੇ ਵਿੱਚ ਸੰਭਾਲ ਕੇ ਰੱਖਾਂਗੇ ਜੀ ਜਿਹੜਾ ਕੋਈ ਹੱਡੀਆਂ ਦਾ ਚੂੜਾ ਭੂਰਾ ਹੈਗਾ ਉਹਨਾਂ ਦਾ ਅਸੀਂ ਸੰਸਕਾਰ ਕਰਾਂਗੇ ਜੀ ਇੱਕ ਹਿੱਸੇ ਦਾ ਤੇ ਇੱਕ ਹਿੱਸਾ ਅਸੀਂ ਮਲੇਰਕੋਟਲੇ ਦੇ ਮੌਲਵੀਆਂ ਦੇ ਨਾਲ ਗੱਲ ਕਰਕੇ ਕਿਸੇ ਕਬਰ ਦੇ ਵਿੱਚ ਦਫਨਾਵਾਂਗੇ ਕਿਉਂਕਿ ਇਹਦੇ ਵਿੱਚ ਹਿੰਦੂ ਵੀ ਸੀ ਮੁਸਲਮਾਨ ਵੀ ਸੀ ਠੀਕ ਇੱਕ ਜਿਹੜੀ ਹੁਣੇ ਹੁਣੇ ਅੱਜ ਦੇ ਅਖਬਾਰਾਂ ਦੇ ਵਿੱਚ ਹੀ ਖਬਰ ਛਪੀ ਹੈ ਉਹ ਇਹ ਹੈ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਕਰ ਲਿਆ ਹੈ ਕਿ ਅਸੀਂ ਇਹਨਾਂ ਸ਼ਹੀਦਾਂ ਦੀ ਯਾਦਗਾਰ ਉਸਾਰਾਂਗੇ ਠੀਕ ਇਸ ਫੈਸਲੇ ਨੂੰ ਅਮਲੀ ਰੂਪ ਕਦੋਂ ਤੇ ਕਿਵੇਂ ਦਿੱਤਾ ਜਾਂਦਾ ਹੈ ਇਹ ਤਾਂ ਅਜੇ ਬਾਅਦ ਦੀ ਗੱਲ ਹੈਗੀ ਹੈ ਚੰਨੀ ਨੇ ਇਸ ਮਹਿਕਮੇ ਦੇ ਮੁਖੀ ਉਹਨਾਂ ਨੇ ਮੈਸੇਜ ਕਮੇਟੀ ਨੂੰ ਦਿੱਤਾ ਹੈ ਕਿ ਅਸੀਂ ਪੰਜਾਬ ਸਰਕਾਰ ਇਸ ਇਹਨਾਂ ਦੀ ਯਾਦਗਾਰ ਬਣਾਉਣ ਲਈ ਸਹਿਮਤ ਹੋ ਗਈ ਹੈ ਕੋਈ ਟਾਈਮ ਫਰੇਮ ਨਹੀਂ ਹੈ ਉਹਨਾਂ ਨੇ ਨਿਰਧਾਰਿਤ ਕੀਤਾ ਹੈ ਇਸ ਫੈਸਲੇ ਦਾ ਨਹੀਂ ਨਹੀਂ ਇਹਦਾ ਟਾਈਮ ਫਰੇਮ ਨੀ ਨਿਰਧਾਰਿਤ ਕੀਤਾ ਕੁਛ ਕਿਉਂਕਿ ਚੋਣਾਂ ਦਾ ਅਮਲ ਚੱਲ ਰਿਹਾ ਹੈਗਾ ਇਸ ਕਰਕੇ ਸ਼ਾਇਦ ਹੋ ਸਕਦਾ ਹੈ ਕਿ ਇਹ ਜਿਹੜੀ ਅਨਾਊਂਸਮੈਂਟ ਹੈ ਫਾਰਮਲ ਅਨਾਊਂਸਮੈਂਟ ਹੈ ਤੇ ਕੁਛ ਦਿਨ ਪਿੱਛੇ ਵੀ ਪੈ ਸਕਦੀ ਹੈ ਇਹ ਤਾਂ ਯਾਨੀ ਹੁਣ ਤੱਕ ਦੀ ਜੋ ਸਥਿਤੀ ਹੈਗੀ ਹੈ ਉਹ ਹੈ 30 ਮਾਰਚ ਨੂੰ ਇਸ ਕਮੇਟੀ ਵੱਲੋਂ ਉੱਥੇ ਇੱਕ ਸ਼ੁਕਰਾਨਾ ਦਿਵਸ ਵੀ ਮਨਾਇਆ ਜਾ ਰਿਹਾ ਠੀਕ ਹੈ ਜੀ ਉਹਨਾਂ ਦਾ ਕਹਿਣਾ ਇਹ ਹੈ ਕਿ ਜਦੋਂ ਅਸੀਂ ਖੁਦਾਈ ਦਾ ਕੰਮ ਸ਼ੁਰੂ ਕੀਤਾ ਤਾਂ ਉਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਵਾ ਕੇ ਇਹ ਸੁੱਖ ਸੁੱਖੀ ਸੀ ਕਿ ਜੇ ਸਾਡਾ ਇਹ ਮਿਸ਼ਨ ਕਾਮਯਾਬ ਹੋ ਜਾਂਦਾ ਤਾਂ ਅਸੀਂ ਫਿਰ ਇੱਥੇ ਅਖੰਡ ਪਾਠ ਕਰਵਾਵਾਂਗੇ ਠੀਕ ਹੈ ਤਾਂ ਉਹ ਹੁਣ 30 ਮਾਰਚ ਨੂੰ ਯਾਨੀ ਉਹਦਾ ਭੋਗ ਪਾਉਣ ਜਾ ਰਹੇ ਨੇ ਉਦਣ ਵੀ ਉਹ ਇਕੱਠ ਕਰ ਰਹੇ ਨੇ ਠੀਕ ਹੈ ਕਮੇਟੀ ਵੱਲੋਂ ਹਾਂਜੀ ਠੀਕ ਹੈ ਤਾਂ ਇਸ ਤੋਂ ਪਹਿਲਾਂ ਵੀ ਕਦੀ ਕਿਸੇ ਨੇ ਕਿਸੇ ਜਥੇਬੰਦੀ ਨੇ ਜਾਂ ਕਿਸੇ ਆਰਗੇਨਾਈਜੇਸ਼ਨ ਨੇ ਕੋਸ਼ਿਸ਼ ਕੀਤੀ ਹੈ ਖੁਦਵਾਈ ਕਰਨ ਦੀ ਕਿਉਂਕਿ ਇੰਨੇ ਸਾਲਾਂ ਬਾਅਦ ਇਕਦਮ ਇਹ ਕੰਮ ਹੋਇਆ ਹੈ ਸੋ ਬਹੁਤ ਸ਼ਲਾਘਾਯੋਗ ਕਦਮ ਹੈ ਮੈਂ ਕਹਾਂਗੀ ਕਿ ਗੁਰਦੁਆਰਾ ਸ਼ਹੀਦ ਗਾਂਝੇ ਕਮੇਟੀ ਵੱਲੋਂ ਇਹ ਕਦਮ ਜਿਹੜਾ ਚੁੱਕਿਆ ਗਿਆ ਹੈ ਔਰ ਨਾਲ ਵਾਲੰਟੀਅਰਸ ਵੱਲੋਂ ਵੀ ਪਰ ਅਗਰ ਤੁਸੀਂ ਸਾਡੇ ਸਰੋਤਿਆਂ ਦੀ ਜਾਣਕਾਰੀ ਵਾਸਤੇ ਕੁਝ ਦੱਸ ਸਕਦੇ ਹੋ ਕਿ ਪਹਿਲਾਂ ਕਦੀ ਪਾਸਟ ਵਿੱਚ ਇਸ ਤਰ੍ਹਾਂ ਦਾ ਕਿਸੇ ਨੇ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਸਰਕਾਰ ਨੂੰ ਕਿਸੇ ਨੇ ਅਪਰੋਚ ਕੀਤਾ ਹੋਵੇ ਕਿ ਇਹਨਾਂ ਦੇ ਜਿਹੜੇ ਸ਼ਹੀਦ ਨੇ ਰਿਮੇਨਸ ਕੱਢਣੇ ਚਾਹੀਦੇ ਆ ਖੂਹ ਚੋਂ ਦੇਖੋ ਇਸ ਤਰ੍ਹਾਂ ਹੈਗਾ ਕਿ ਇਸ ਜਿੱਥੋਂ ਤੱਕ ਤਾਂ ਇਸ ਕਾਂਡ ਦੇ ਇਤਿਹਾਸ ਦੇ ਸੰਬੰਧ ਚ ਹੈ ਉਹ ਤਾਂ ਬਹੁਤ ਦੇਰ ਤੋਂ ਯਾਨੀ ਗੱਲ ਚੱਲ ਰਹੀ ਹੈ ਜੇ ਕਹਿਣਾ ਹੋਵੇ ਕਿ ਬਰਤਾਨਵੀ ਸਾਮਰਾਜੀਆਂ ਨੇ ਪੰਜਾਬ ਚ ਦੋ ਵੱਡੇ ਖੂਨੀ ਕਾਂਡ ਰਚਾਏ ਨੇ ਇੱਕ ਉਹਨਾਂ ਨੇ 13 ਅਪ੍ਰੈਲ 1919 ਨੂੰ ਜਲਿਆਂ ਵਾਲੇ ਬਾਗ ਦਾ ਕਾਂਡ ਬਿਲਕੁਲ ਤੇ ਦੂਸਰਾ ਜਿਹੜਾ ਇਹ ਸੀਗਾ 31 ਜੁਲਾਈ ਤੇ 1 ਅਗਸਤ ਨੂੰ ਅੰਮ੍ਰਿਤਸਰ ਜ਼ਿਲ੍ਹੇ ਚ ਇਹ ਦੋ ਥਾਈ ਵਾਕਾ ਹੋਇਆ ਹੈ ਇੱਕ ਡੱਡੀਆਂ ਪਿੰਡ ਹੈ ਰਾਵੀ ਨਦੀ ਦੇ ਕਿਨਾਰੇ ਤੇ ਜਿੱਥੇ 150 ਦੇ ਲਗਭਗ ਸਿਪਾਹੀ ਇਹਨਾਂ ਚ ਮਾਰੇ ਗਏ ਸੀਗੇ ਠੀਕ ਤੇ ਬਾਕੀ ਦੇ ਇਹ ਅਜਨਾਲੇ ਦੇ ਵਿੱਚ ਯਾਨੀ ਸ਼ਹੀਦ ਕੀਤੇ ਗਏ ਨੇ ਇਹਦਾ ਜਿਹੜਾ ਜ਼ਿਕਰ ਹੈ ਇਸ ਘਟਨਾ ਦਾ ਯਾਨੀ ਸਭ ਤੋਂ ਪਹਿਲਾਂ ਤਾਂ ਫਰੈਡਰਿਕ ਕੂਪਰ ਨੇ ਖੁਦ ਹੀ ਉਹਨੇ ਕਿਤਾਬ ਲਿਖੀ ਹੈ ਦ ਕ੍ਰਾਈਸਿਸ ਇਨ ਪੰਜਾਬ ਉਹਦੇ ਵਿੱਚ ਇਹਦਾ ਜ਼ਿਕਰ ਕੀਤਾ ਜਿਹਦੇ ਚ ਉਹਨੇ ਬੜੇ ਫਖਰ ਨਾਲ ਇਹ ਗੱਲ ਕਹੀ ਹੈ ਕਿ ਮੈਂ 508 ਜਿਹੜੇ ਵਿਦਰੋਹੀ ਸੀਗੇ ਉਹਨਾਂ ਨੂੰ ਮਾਰਿਆ
ਤੇ ਇਸ ਤੋਂ ਅੱਗੇ ਉਹ ਫਖਰ ਨਾਲ ਇਹ ਕਹਿੰਦਾ ਹੈਗਾ ਕਿ ਇੱਕ ਬਲੈਕ ਹੋਲ ਕਾਨਪੁਰ ਦੇ ਵਿੱਚ ਤੇ ਦੂਜਾ ਬਲੈਕ ਹੋਲ ਮੈਂ ਇੱਥੇ ਬਣਾਇਆ ਹੈਗਾ। ਠੀਕ ਤਾਂ ਗੱਲ ਤਾਂ ਉਦੋਂ ਤੋਂ ਚੱਲ ਰਹੀ ਹੈ ਜੀ। ਬਾਅਦ ਦੇ ਵਿੱਚ ਜਦੋਂ ਕਾਂਗਰਸ ਪਾਰਟੀ ਵੱਲੋਂ ਇੱਕ ਇਤਿਹਾਸ ਭਾਰਤ ਦਾ ਲਿਖਿਆ ਜਾ ਰਿਹਾ ਸੀਗਾ ਤਾਂ ਉਦੋਂ 1928 ਦੇ ਲਗਭਗ ਪਹਿਲੇ ਵਾਰੀ ਇਸ ਘਟਨਾ ਨੂੰ ਲਿਖਤੀ ਰੂਪ ਦਿੱਤਾ ਗਿਆ। ਠੀਕ ਸੋ ਮਤਲਬ 1800 ਲਗਾਤਾਰ ਇਹ ਕੋਸ਼ਿਸ਼ ਤਾਂ ਚੱਲਦੀ ਰਹੀ ਹੈ ਕਿ ਇਹ ਖੂਹ ਨੂੰ ਲੋਕੇਟ ਕੀਤਾ ਜਾਵੇ। ਅਸਲ ਚ ਸਮੱਸਿਆ ਜਿਹੜੀ ਆਉਂਦੀ ਸੀ ਉਹ ਖੂਹ ਹੈ ਕਿੱਥੇ। ਠੀਕ ਕਿਉਂਕਿ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ਉਹਨਾਂ ਨੇ ਇੱਕ ਵਾਰੀ ਕਿਹਾ ਖੂਹ ਨੂੰ ਪੂਰ ਕੇ ਤੇ ਉੱਤੇ ਇੱਕ ਮਟੀ ਜੀ ਬਣਾਤੀ ਜੀ। ਫਿਰ ਉਹ ਹੌਲੀ ਹੌਲੀ ਢਹਿ ਗਈ। ਇੱਕ ਕਿਸੇ ਨੇ ਉੱਥੇ ਗੁਰੂ ਘਰ ਸਥਾਪਿਤ ਕਰਤਾ ਜੀ। ਤਾਂ ਯਾਨੀ ਐਕਚੁਅਲ ਦੇ ਵਿੱਚ ਖੂਹ ਕਿੱਥੇ ਹੈ ਇਹ ਨਹੀਂ ਪਤਾ ਲੱਗ ਰਿਹਾ ਸੀਗਾ ਜੀ। ਇਹ ਹੁਣ 2012 ਦੇ ਵਿੱਚ ਆ ਕੇ ਤੈਅ ਹੋਇਆ ਕਿ ਖੂਹ ਇੱਥੇ ਹੈ। ਠੀਕ ਉਸ ਤੋਂ ਬਾਅਦ ਫਿਰ ਇਹਦਾ ਯਾਨੀ ਉਹ ਯਾਨੀ ਉਸ ਜਗ੍ਹਾ ਦੇ ਉੱਤੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀਗਾ ਜੀ। ਫਿਰ ਇਹ ਕਮੇਟੀ ਵਾਲਿਆਂ ਨੇ ਇਹ ਤੈਅ ਕੀਤਾ ਕਿ ਅਸੀਂ ਗੁਰੂ ਘਰ ਇੱਥੋਂ ਸ਼ਿਫਟ ਕਰ ਲਈਏ ਜੀ ਤੇ ਇਹ ਜਗ੍ਹਾ ਜਿਹੜੀ ਹੈਗੀ ਹੈ ਖੁਦਾਈ ਵਾਸਤੇ ਵਿਹਲੀ ਕੀਤੀ ਜਾਵੇ ਜੀ। ਤਾਂ ਉਹਨਾਂ ਨੇ ਬਹੁਤ ਯਾਨੀ ਮਿਹਨਤ ਕਰਕੇ ਗੁਰੂ ਘਰ ਨੂੰ ਉੱਥੋਂ ਸ਼ਿਫਟ ਕੀਤਾ, ਨਵੀਂ ਬਿਲਡਿੰਗ ਬਣਾਈ ਉਹਦੀ ਤੇ ਇਹ ਜਿਹੜਾ ਹੈਗਾ ਯਾਨੀ ਇਹਦੀ ਖੁਦਾਈ ਦਾ ਕੰਮ 27 ਫਰਵਰੀ ਨੂੰ ਉਹਨਾਂ ਨੇ ਸ਼ੁਰੂ ਕਰ ਲਿਆ ਜੀ। ਬਿਲਕੁਲ ਜੀ। ਇਸ ਤੋਂ ਪਹਿਲਾਂ ਕੋਸ਼ਿਸ਼ਾਂ ਇਸ ਰੂਪ ਚ ਤਾਂ ਜਾਰੀ ਰਹੀਆਂ ਨੇ ਕਿ ਇਹਦੇ ਤੇ ਲੋਕਾਂ ਦਾ ਧਿਆਨ ਫੋਕਸ ਹੋਵੇ, ਉਹ ਲੈ ਕੇ ਗਏ ਨੇ ਮਤਲਬ ਆਲਮੀ ਵਿਰਾਸਤੀ ਫਾਊਂਡੇਸ਼ਨ ਹੈ ਇੱਕ ਅੰਮ੍ਰਿਤਸਰ ਦੇ ਵਿੱਚ, ਉਹਨਾਂ ਨੇ ਇੱਕ ਕਿਤਾਬ ਲਿਖੀ ਹੈ 1857 ਦੇ ਆਜ਼ਾਦੀ ਸੰਗਰਾਮ ਨਾਲ ਜੁੜੀ ਹੈ, ਅਜਨਾਲਾ ਦੇ ਕਾਲਿਆਂ ਵਾਲਾ ਖੂਹ ਦੀ ਲਹੂ ਭਿੱਜੀ ਦਾਸਤਾਨ। ਭੁਪਿੰਦਰ ਸਿੰਘ ਸੰਧੂ ਜੀ ਨੇ ਉਹਨਾਂ ਨੇ ਸੰਪਾਦਿਤ ਕੀਤੀ ਹੈ ਕਿਤਾਬ, ਇਹਦੇ ਵਿੱਚ ਇਹਦਾ ਸਾਰਾ ਇਤਿਹਾਸ ਦਿੱਤਾ ਗਿਆ। ਯਾਨੀ ਇਸ ਤਰ੍ਹਾਂ ਦੀਆਂ ਐਫਰਟਸ ਤਾਂ ਇਹਨੂੰ ਹਾਈਲਾਈਟ ਕਰਨ ਦੀਆਂ ਹੋਈਆਂ ਨੇ ਹਾਂਜੀ, ਪਰ ਜਿਹੜਾ ਇਹਦੀ ਖੁਦਾਈ ਦਾ ਕੰਮ ਹੈ, ਐਕਸਕਵੇਸ਼ਨ ਦਾ ਕੰਮ ਸੀਗਾ, ਉਹ ਹੁਣੇ ਹੀ ਆ ਕੇ ਸ਼ੁਰੂ ਹੋਇਆ। ਠੀਕ ਠੀਕ ਹਾਂਜੀ। ਸੋ ਕਰਨਾ ਇਹ ਕੰਮ ਸਰਕਾਰ ਨੂੰ ਚਾਹੀਦਾ ਸੀ, ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਨੂੰ, ਸੋ ਗੁਰਦੁਆਰਾ ਸਾਹਿਬ ਨੇ ਕੀਤਾ ਤਾਂ ਬਹੁਤ ਮੈਂ ਕਹਾਂਗੀ ਵਧਾਈ ਦੇ ਪਾਤਰ ਨੇ, ਅਗਰ ਉਹਨਾਂ ਨੇ ਇਹ ਕੰਮ ਕੀਤਾ ਸਰਕਾਰਾਂ ਨੂੰ ਕਰਨੇ ਚਾਹੀਦੇ ਇਸ ਤਰ੍ਹਾਂ ਦੇ ਕੰਮ। ਤੋ ਜਿਹੜਾ ਦੇਸ਼ ਭਗਤ ਯਾਦਗਾਰ ਕਮੇਟੀ ਔਰ ਸ਼ਾਇਦ ਮਤਲਬ ਇੰਡੀਅਨ ਵਰਕਰਸ ਐਸੋਸੀਏਸ਼ਨ UK ਔਰ ਸ਼ਾਇਦ ਕਿਸੇ ਹੱਦ ਤੱਕ ਕੈਨੇਡਾ, ਉਹਨਾਂ ਦਾ ਵੀ ਕੁਛ ਨਾ ਕੁਛ ਸਹਿਯੋਗ ਰਿਹਾ ਹੈ, ਉਹਦੇ ਬਾਰੇ ਮੈਂ ਚਾਹਾਂਗੀ ਤੁਸੀਂ ਥੋੜਾ ਖੁਲਾਸਾ ਕਰੋ। ਦੇਸ਼ ਭਗਤ ਯਾਦਗਾਰ ਕਮੇਟੀ ਕਿਉਂਕਿ ਉਹ ਗਦਰ ਲਹਿਰ ਦੇ ਸੂਰਬੀਰਾਂ ਨੂੰ ਸਮਰਪਿਤ ਹੈ ਜੀ। ਉਹਨਾਂ ਨੇ ਪਿੱਛੇ ਜਦੋਂ ਗਦਰ ਸ਼ਤਾਬਦੀ ਮਨਾਈ ਹੈ ਉਦੋਂ ਵੀ ਉਹ ਇਸ ਗੱਲ ਨੂੰ ਹਾਈਲਾਈਟ ਕਰਦੇ ਰਹੇ ਨੇ ਜੀ। ਹੁਣ ਜਦੋਂ ਹੀ ਯਾਨੀ ਇਹ ਖੁਦਾਈ ਸ਼ੁਰੂ ਹੋਈ ਤਾਂ ਉਹਨਾਂ ਨੇ ਇਹਨਾਂ ਦੇ ਨਾਲ ਸੰਪਰਕ ਕੀਤਾ, ਗਏ ਨੇ ਉੱਥੇ। ਅੱਗੋਂ ਫਿਰ ਇਹਨਾਂ ਅਸਥੀਆਂ ਨੂੰ ਸਾਂਭਣਾ ਕਿਵੇਂ ਹੈ, ਕੀ ਕਰਨਾ ਹੈ, ਉਹ ਸਾਰੀਆਂ ਗੱਲਾਂ ਉਹਨਾਂ ਨੂੰ ਸੁਝਾਈਆਂ ਨੇ। ਇਹਦੇ ਨਾਲ ਨਾਲ ਹੀ ਉਹਨਾਂ ਨੇ ਪਿੱਛੇ ਇੱਕ ਸੈਮੀਨਾਰ ਕਰਵਾਇਆ ਸੀਗਾ, ਉਹ ਸੈਮੀਨਾਰ ਦੇ ਵਿੱਚ ਕਿਉਂਕਿ ਕੁਛ ਕੰਟਰੋਵਰਸੀਜ਼ ਉੱਠੀਆਂ ਤਾਂ ਉਹਨਾਂ ਕੰਟਰੋਵਰਸੀਜ਼ ਨੂੰ ਠੀਕ ਢੰਗ ਨਾਲ ਹੱਲ ਕਰਨ ਵਾਸਤੇ ਯਾਨੀ ਉਹ ਸੈਮੀਨਾਰ ਕਰਵਾਇਆ। ਉਹ ਸੈਮੀਨਾਰ ਦੇ ਵਿੱਚ ਕੁਛ ਫੈਸਲੇ ਲਏ ਗਏ ਜਿਹਦੇ ਚ ਸਭ ਤੋਂ ਵੱਡਾ ਫੈਸਲਾ ਇਹ ਸੀਗਾ ਕਿ ਇਹਨਾਂ ਸ਼ਹੀਦਾਂ ਦੀ ਕੋਈ ਕੌਮੀ ਯਾਦਗਾਰ ਉਸਾਰੀ ਜਾਵੇ, ਸੈਕੂਲਰ ਕਿਸਮ ਦੀ ਯਾਦਗਾਰ ਹੋਵੇ ਉਹ, ਤੇ ਨਾਲ ਹੀ ਇਹ ਪਤਾ ਕੀਤਾ ਜਾਵੇ ਕਿ ਇਹਨਾਂ ਦੇ ਇਹਨਾਂ ਸ਼ਹੀਦਾਂ ਦੇ ਨਾਂ ਕੀ ਸੀਗੇ, ਕਿੱਥੋਂ ਦੇ ਇਹ ਰਹਿਣ ਵਾਲੇ ਸੀਗੇ, ਕਿਉਂਕਿ ਅੰਗਰੇਜ਼ ਹਾਕਮਾਂ ਕੋਲੇ ਇਹ ਸਾਰਾ ਰਿਕਾਰਡ ਹੈਗਾ ਜੀ। ਤਾਂ ਯਾਨੀ ਉਹਦੇ ਸੀ ਕਿ ਬਰਤਾਨੀਆ ਤੋਂ ਇਹ ਸਾਰੀ ਇਨਫੋਰਮੇਸ਼ਨ ਇਕੱਠੀ ਕੀਤੀ ਜਾਵੇ ਤੇ ਇਹਨਾਂ ਦੇ ਜਿਹੜੇ ਮੋਰਟਲ ਰਿਮੇਨਸ ਨੇ ਉਹਨਾਂ ਨੂੰ ਪ੍ਰਜ਼ਰਵ ਕੀਤਾ ਜਾਵੇ, ਤਾਂ ਕਿ ਇੱਕ ਪਾਸੇ ਜਦੋਂ ਕੁਛ ਲੋਕ ਇੱਥੇ ਕਹਿ ਰਹੇ ਨੇ ਕਿ ਬਰਤਾਨਵੀ ਹਾਕਮਾਂ ਨੇ ਸਾਨੂੰ ਤਹਿਜ਼ੀਬ ਸਿਖਾਈ, ਸਭਿਅਤਾ ਸਿਖਾਈ, ਉੱਥੇ ਅਸੀਂ ਦੁਨੀਆਂ ਨੂੰ ਇਹ ਗੱਲ ਵੀ ਦੱਸ ਸਕੀਏ ਕਿ ਬਰਤਾਨਵੀ ਹਾਕਮਾਂ ਨੇ ਇਹੋ ਜਿਹੇ ਖੂਨੀ ਕਾਂਡ ਵੀ ਰਚਾਏ ਨੇ ਜਿਹੜੇ ਮਤਲਬ ਹਰ ਤਰ੍ਹਾਂ ਦੀ ਦਰਿੰਦਗੀ ਨੂੰ ਮਾਤ ਪਾਉਂਦੇ ਨੇ ਜੀ। ਬਿਲਕੁਲ ਬਿਲਕੁਲ। ਤੋ ਜਦ ਇਹਨਾਂ ਦੀ ਆਈਡੈਂਟੀ ਇੱਕ ਵਾਰ ਹੋ ਜਾਏਗੀ ਸੋ ਫਿਰ ਆ ਸਕੇ ਇਹਨਾਂ ਦੇ ਅਗਰ ਜਿਹੜੇ ਫਰਦਰ ਡਿਸੈਂਡੈਂਟਸ ਨੇ ਉਹਨਾਂ ਨੂੰ ਵੀ ਫਿਰ ਲੱਭਣਾ ਆਸਾਨ ਹੋ ਸਕਦਾ ਹੈ।
ਬਿਲਕੁਲ ਜੀ ਜੀ ਬਿਲਕੁਲ ਇਹਦੇ ਲਈ ਇੰਡੀਅਨ ਵਰਕਰਸ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਦੇ ਜਿਹੜੇ ਹੈਗੇ ਨੇ ਉਹਨਾਂ ਨੇ ਵੀ ਵਾਅਦਾ ਕੀਤਾ ਕਿ ਅਸੀਂ ਉੱਥੇ ਬਰਤਾਨੀਆ ਦੇ ਵਿੱਚੋਂ ਇਸ ਕੰਮ ਦੇ ਵਿੱਚ ਤੁਹਾਡੀ ਮਦਦ ਕਰਾਂਗੇ ਜੀ ਜੀ ਜ਼ਰੂਰ ਤੋ ਜੀਤ ਸਾਹਿਬ ਜਾਂਦਿਆਂ ਜਾਂਦਿਆਂ ਚਾਹਾਂਗੀ ਕਿ ਥੋੜਾ ਜਿਹਾ ਕਿਉਂਕਿ ਪਿਛਲੀ ਵਾਰੀ ਜਦੋਂ ਤੁਸੀਂ ਸਾਡੇ ਸਰੋਤਿਆਂ ਦੇ ਰੂਬਰੂ ਹੋਏ ਸੀ ਤਾਂ ਅਸੀਂ ਸਾਧੂ ਸਿੰਘ ਤਖਤੂਪੁਰਾ ਹੁਣਾਂ ਦੀ ਗੱਲਬਾਤ ਕੀਤੀ ਸੀ ਉਹਨਾਂ ਦਾ ਜਿਹੜਾ ਕੇਸ ਚੱਲ ਰਿਹਾ ਸੀ ਉਸ ਵਕਤ ਜਦੋਂ ਅਸੀਂ ਗੱਲਬਾਤ ਕੀਤੀ ਸੀ ਹਾਲੇ ਕੋਈ ਕੋਈ ਫਾਈਨਲ ਕੋਈ ਡਿਸੀਜਨ ਜਾਂ ਕਿਸੇ ਨੂੰ ਸਜ਼ਾ ਕੁਛ ਨਹੀਂ ਸੀ ਹੋਇਆ ਮੇਰਾ ਖਿਆਲ ਪੇਸ਼ੀ ਹੋਣੀ ਸੀਗੀ ਉਹਨਾਂ ਦੀ ਤੇ ਉਸ ਸ਼ਾਇਦ ਉਹ ਪੇਸ਼ ਹੋਏ ਨਹੀਂ ਸਨ ਇਸ ਤਰ੍ਹਾਂ ਦੀ ਸੀ ਗੱਲਬਾਤ ਅਸੀਂ ਕੀਤੀ ਹੁਣ ਤੁਸੀਂ ਪਲੀਜ਼ ਦੱਸਣਾ ਚਾਹੋਗੇ ਕਿ ਕਿੱਥੋਂ ਕੁ ਤੱਕ ਪਹੁੰਚਿਆ ਇਹ ਕੇਸ ਦੇਖੋ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਨੇ ਸਾਨੂੰ ਇਹਨਾਂ 1857 ਦੇ ਸ਼ਹੀਦਾਂ ਨਾਲ ਮਿਲਾਇਆ ਜੀ ਕਿਉਂਕਿ ਇਹ ਉਹਨਾਂ ਦੇ ਕਤਲ ਤੋਂ ਬਾਅਦ ਹੀ ਅਸੀਂ ਅਜਨਾਲੇ ਜਾਣਾ ਸ਼ੁਰੂ ਕੀਤਾ ਠੀਕ ਉੱਥੇ ਸਾਨੂੰ ਇਸ ਖੂਹ ਬਾਰੇ ਪਤਾ ਲੱਗਿਆ ਜੀ ਹੁਣ ਵੀ ਜਦੋਂ ਖੁਦਾਈ ਹੋ ਰਹੀ ਸੀ ਉਦੋਂ ਮੈਂ ਉਸੇ ਕੇਸ ਦੇ ਸੰਬੰਧ ਵਿੱਚ ਉੱਥੇ ਗਿਆ ਸੀਗਾ ਤੇ ਯਾਨੀ ਖੁਦਾਈ ਦੇ ਵਿੱਚ ਸ਼ਾਮਿਲ ਹੋ ਕੇ ਆਇਆ ਜਿੱਥੋਂ ਤੱਕ ਉਸ ਕੇਸ ਦਾ ਸੰਬੰਧ ਹੈ ਉਹ ਕੇਸ ਇੱਕ ਯਾਨੀ ਖਾਸੀ ਖਤਰਨਾਕ ਮੋੜ ਲੈ ਗਿਆ ਸੀ ਠੀਕ ਖਤਰਨਾਕ ਮੋੜ ਇਹ ਲਿਆ ਕਿ ਜਿਹੜੇ ਮੁਲਜ਼ਮ ਨੇ ਉਹਦੇ ਵਿੱਚ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਉਹ ਅਕਾਲੀ ਪਾਰਟੀ ਦੇ ਬਹੁਤ ਨਜ਼ਦੀਕ ਨੇ ਪ੍ਰਭਾਵਸ਼ਾਲੀ ਨੇ ਉਹਨਾਂ ਨੇ ਜਿਹੜਾ ਜਿਸ ਵਿਅਕਤੀ ਵੱਲੋਂ FIR ਲਿਖਵਾਈ ਗਈ ਸੀਗੀ ਜੀ ਉਹਨਾਂ ਨੇ ਉਹਨੂੰ ਡਰਾ ਧਮਕਾ ਕੇ ਆਪਣੇ ਵੱਲ ਕਰ ਲਿਆ ਠੀਕ ਤੇ ਉਹਦੇ ਵੱਲੋਂ ਇੱਕ ਐਪਲੀਕੇਸ਼ਨ ਅਦਾਲਤ ਦੇ ਵਿੱਚ ਲਵਾ ਦਿੱਤੀ ਗਈ ਕਿ ਜੀ ਮੈਂ ਤਾਂ ਕੇਸ ਵਾਪਸ ਲੈਣਾ ਹਾਂਜੀ ਅਸੀਂ ਜਦੋਂ ਹੀ ਸਾਨੂੰ ਪਤਾ ਲੱਗਿਆ ਇਸ ਉਸ ਕੇਸ ਨੂੰ ਕੰਟੈਸਟ ਕੀਤਾ ਜੀ ਬਾਕੀ ਦੇ ਜਿਹੜੇ ਉਹਦੇ ਚ ਜ਼ਖਮੀ ਹੋਏ ਸੀਗੇ ਤੇ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੇ ਲੜਕੇ ਤੇ ਬ੍ਰਦਰ ਉਹਨਾਂ ਵੱਲੋਂ ਅਸੀਂ ਐਪਲੀਕੇਸ਼ਨਾਂ ਲਾਈਆਂ ਜਿਹਦਾ ਮਤਲਬ ਇੱਕ ਵਾਰੀ ਉਹ ਜਿਹੜਾ ਸੀਗਾ ਉਹਨਾਂ ਦੀ ਗੇਮ ਉਹ ਫੇਲ ਹੋ ਗਈ ਹੈ ਠੀਕ ਤਿੰਨ ਮੁਲਜ਼ਮ ਇਹਦੇ ਚ ਪੇਸ਼ ਹੋ ਚੁੱਕੇ ਨੇ ਠੀਕ ਬਾਕੀ ਦੇ ਵੀਰ ਸਿੰਘ ਲੋਪੋਕੇ ਤੇ ਆਪਣਾ ਇੱਕ ਜਿਹੜੇ ਥਾਣੇਦਾਰ ਇੰਸਪੈਕਟਰ ਹੈ ਇਹ ਦੋ ਜਣੇ ਰਸ਼ਪਾਲ ਸਿੰਘ ਬਾਬਾ ਇਹ ਦੋ ਰਹਿੰਦੇ ਨੇ ਬਾਕੀ ਤਿੰਨ ਪੇਸ਼ ਹੋ ਚੁੱਕੇ ਨੇ ਤੇ ਜਦੋਂ ਹੀ ਉਹ ਪੇਸ਼ ਹੁੰਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਟ੍ਰਾਇਲ ਵਾਸਤੇ ਉੱਥੇ ਸੈਸ਼ਨ ਕੋਰਟ ਦੇ ਵਿੱਚ ਕਮਿਟ ਕਰ ਦਿੱਤਾ ਜਾਊਗਾ ਠੀਕ ਜੀ ਤੇ ਇਹ ਸਥਿਤੀ ਹੈ ਉਹਦੀ ਠੀਕ ਤੋ ਜਾਂਦੇ ਜਾਂਦੇ ਆਖਿਰ ਵਿੱਚ ਜਿਹੜੇ ਅਸੀਂ ਇੱਥੇ ਬਾਹਰਲੇ ਦੇਸ਼ਾਂ ਵਿੱਚ ਬੈਠੇ ਹਾਂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕਿ ਖਾਸ ਕਰਕੇ ਇਹ ਜਿਹੜਾ ਸ਼ਹੀਦਾਂ ਵਾਲੇ ਖੂਹ ਦੀ ਜਿਹੜੀ ਸਾਰੀ ਗੱਲਬਾਤ ਹੈ ਉਹਦੇ ਵਿੱਚ NRIs ਜਿਹੜੇ ਬਾਹਰਲੇ ਮੁਲਕਾਂ ਚ ਬੈਠੇ ਨੇ ਉਹ ਕਿਸ ਤਰ੍ਹਾਂ ਯੋਗਦਾਨ ਪਾ ਸਕਦੇ ਨੇ ਕੀ ਕਰ ਸਕਦੇ ਨੇ ਇੰਨੀ ਦੂਰ ਬੈਠੇ ਜਿੱਥੋਂ ਤੱਕ ਯਾਨੀ ਅਸੀਂ ਸਮਝਦੇ ਹਾਂ ਕਿ ਇਹਨਾਂ ਦੀ ਇੱਕ ਸਕੂਲਰ ਯਾਦਗਾਰ ਬਣੇ ਇਹ ਲੋਕਾਂ ਦੇ ਦਬਾਅ ਥੱਲੇ ਹੀ ਸਰਕਾਰ ਬਣਾਊਗੀ ਨਹੀਂ ਤਾਂ ਇੱਥੇ ਬਹੁਤ ਕਿਸਮ ਦੀਆਂ ਗੱਲਾਂ ਆ ਰਹੀਆਂ ਨੇ ਕੋਈ ਕਹਿੰਦਾ ਜੀ ਇੱਕ ਨੇਤਾ ਜੀ ਉਹ ਕਹਿ ਰਹੇ ਨੇ ਇਹਨਾਂ ਦਾ ਮੰਦਿਰ ਬਣਾਓ ਇੱਕ ਹੋਰ ਨੇਤਾ ਜੀ ਕਹਿੰਦੇ ਨੇ ਨਹੀਂ ਜੀ ਇਹਨਾਂ ਦਾ ਗੁਰਦੁਆਰਾ ਬਣਾਓ ਕੋਈ ਹੋਰ ਕੁਛ ਕਹਿ ਸਕਦਾ ਯਾਨੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਨੇ ਉਹਦੀ ਜਗ੍ਹਾ ਕਿ ਇੱਕ ਇਹਨਾਂ ਦੀ ਸੈਕੂਲਰ ਯਾਦਗਾਰ ਬਣੇ ਅਸਲ ਚ ਲੋਕਾਂ ਦੇ ਸ਼ਹੀਦ ਨੇ ਇਹ ਕਿਸੇ ਧਰਮ ਦੇ ਸ਼ਹੀਦ ਨਹੀਂ ਹੈ ਇਹ ਲੋਕਾਂ ਦੇ ਸ਼ਹੀਦ ਨੇ ਤੇ ਲੋਕਾਂ ਦੇ ਸ਼ਹੀਦ ਉਹਨਾਂ ਨੂੰ ਕਿਵੇਂ ਸਾਹਮਣਾ ਹੈਗਾ ਇਹਦਾ ਯਾਨੀ ਲੋਕ ਹੀ ਫੈਸਲਾ ਕਰ ਸਕਦੇ ਨੇ ਤੇ ਜੇ ਆਪਾਂ ਸਾਰੇ ਜਾਣੇ ਰਲ ਕੇ ਅਸੀਂ ਇੱਥੇ ਪੰਜਾਬ ਦੇ ਵਿੱਚ ਵੀ ਇਹੀ ਗੱਲ ਲੈ ਕੇ ਆਏ ਹਾਂ ਕਿ ਲੋਕਾਂ ਦੀ ਇਹ ਵਿਰਾਸਤ ਹੈ ਲੋਕਾਂ ਨੇ ਇਹਨੂੰ ਸਾਹਮਣਾ ਹੈਗਾ ਸਰਕਾਰ ਤੇ ਯਾਨੀ ਆਪਾਂ ਸਾਰੇ ਰਲ ਕੇ ਦਬਾਅ ਪਾ ਸਕਦੇ ਹਾਂ ਕਿ ਇਹਨਾਂ ਦੀ ਸੈਕੂਲਰ ਯਾਦਗਾਰ ਬਣੇ ਇਹਨਾਂ ਦੇ ਜਿਹੜੇ ਮੋਰਟਲ ਰਿਮੇਨਸ ਨੇ ਉਹਨਾਂ ਨੂੰ ਸਾਂਭ ਕੇ ਰੱਖਿਆ ਜਾਵੇ ਤੇ ਇਹਦੇ ਵਿੱਚ ਤੁਹਾਡਾ ਯਾਨੀ ਜਿਹੜੇ ਬਾਹਰ ਬੈਠੇ ਨੇ ਲੋਕ ਉਹ ਵੀ ਆਪਦਾ ਯੋਗਦਾਨ ਪਾ ਸਕਦੇ ਨੇ ਆਪਦੀ ਆਵਾਜ਼ ਯਾਨੀ ਇਸ ਗੱਲ ਦੇ ਉੱਤੇ ਬੁਲੰਦ ਕਰ ਸਕਦੇ ਨੇ ਤੇ ਸਰਕਾਰ ਦੇ ਉੱਤੇ ਇੱਕ ਮੋਰਲ ਪ੍ਰੈਸ਼ਰ ਐਗਜ਼ਰਟ ਕਰ ਸਕਦੇ ਨੇ ਕਿ ਇਸ ਤਰ੍ਹਾਂ ਦੀ ਉਹਨਾਂ ਦੀ ਯਾਦਗਾਰ ਬਣੇ ਤੇ ਜਿਹੜੇ ਲੋਕ ਯਾਨੀ ਇਹਨੂੰ ਧਰਮਾਂ ਦੇ ਵਿੱਚ ਜਾਤਾਂ ਦੇ ਵਿੱਚ ਵੰਡਣਾ ਚਾਹੁੰਦੇ ਨੇ ਉਹਨਾਂ ਨੂੰ ਮਤਲਬ ਡਿਫੀਟ ਕਰਨ ਦੀ ਲੋੜ ਹੈ ਉਹਨਾਂ ਨੂੰ ਭਾਜ ਦੇਣ ਦੀ ਲੋੜ ਹੈ ਇਹ ਕਾਰਜ ਹੈ ਜਿਹਦੇ ਚ ਮੈਂ ਸਮਝਦਾ ਕਿ ਤੁਸੀਂ ਸਾਰੇ ਜਣੇ ਰਲ ਕੇ ਵਧੀਆ ਯੋਗਦਾਨ ਪਾ ਸਕਦੇ ਹੋ ਬਿਲਕੁਲ ਜੀ ਔਰ ਬਹੁਤ ਬਹੁਤ ਸ਼ੁਕਰੀਆ ਜੀਤ ਸਾਹਿਬ ਤੋਂ ਆਉਂਦੇ ਸਮੇਂ ਚ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਅਸੀਂ ਤੁਹਾਡੇ ਨਾਲ ਰਾਬਤਾ ਬਣਾਈ ਰੱਖੀਏ ਸ਼ੁਕਰੀਆ ਮੈਡਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੋ ਦੋਸਤੋ ਇਹ ਸਨ
ਨਰਿੰਦਰ ਕੁਮਾਰ ਜੀਤ ਬਠਿੰਡਾ ਪੰਜਾਬ ਤੋਂ ਔਰ ਜਦਕਿ ਗੱਲ ਅਸੀਂ ਕਰ ਰਹੇ ਸੀਗੇ ਅਜਨਾਲਾ ਵਿੱਚ ਜਿਹੜਾ ਸ਼ਹੀਦਾਂ ਵਾਲਾ ਖੂਹ ਜਿੱਥੇ 1857 ਦੇ ਕੁਝ ਜਿਹੜੇ ਸਿਪਾਹੀ ਜਿਹੜੇ ਬਾਗੀ ਹੋ ਗਏ ਸਨ ਉਸ ਵਕਤ ਬ੍ਰਿਟਿਸ਼ ਸਰਕਾਰ ਦੇ ਖਿਲਾਫ਼ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਸੀਏ ਦੇ ਕੇ ਕਤਲ ਕਰਕੇ ਫਿਰ ਇੱਕ ਖੂਹ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਸੁੱਟ ਦਿੱਤੀਆਂ ਗਈਆਂ ਤੋ ਇਹ 1857 ਦੀ ਗੱਲ ਹੈ 1 ਅਗਸਤ 31 ਜੁਲਾਈ 1 ਅਗਸਤ 1857 ਤੋ ਉਸ ਤੋਂ ਬਾਅਦ ਇਹ ਜਿਹੜੇ ਫਰੈਡਰਿਕ ਹੈਨਰੀ ਕੂਪਰ ਸਨ ਇਹਨਾਂ ਦੇ ਇਸ ਘਨੌਣੀ ਹਰਕਤ ਨੂੰ ਦੇਖਦਿਆਂ ਯੂਕੇ ਵਿੱਚ ਗ੍ਰੇਟ ਬ੍ਰਿਟਨ ਕਹਿੰਦੇ ਸਨ ਉਦੋਂ ਹੁਣ ਯੂਕੇ ਬਣ ਗਿਆ ਤੋ ਗ੍ਰੇਟ ਬ੍ਰਿਟਨ ਵਿੱਚ ਇੱਕ ਲਿਬਰਲ ਐਮ ਪੀ ਸਨ ਚਾਰਲਸ ਗਿਪਲਿਨ ਤੋ ਇਹਨਾਂ ਨੇ ਪਾਰਲੀਮੈਂਟ ਵਿੱਚ ਬਿਆਨ ਦਿੱਤਾ 14 ਮਾਰਚ 1859 ਨੂੰ ਪਾਰਲੀਮੈਂਟ ਜਿਹੜੀ ਬੈਠੀ ਉਹਦੇ ਵਿੱਚ ਇਹਨਾਂ ਨੇ ਬਿਆਨ ਇਹ ਸਾਰੀ ਘਟਨਾ ਦਾ ਇਹ ਦਿੱਤਾ ਕਿ ਐਜ਼ ਐਨ ਇੰਗਲਿਸ਼ਮੈਨ ਹੀ ਫੈਲਟ ਹਿਮਸੈਲਫ ਕਾਲਡ ਅਪੋਨ ਟੂ ਬਲੱਸ਼ ਫੋਰ ਦ ਸ਼ੇਮ ਵਿਚ ਹੈਡ ਬੀਨ ਬਰੋਟ ਅਪੋਨ ਦ ਕੈਰੇਕਟਰ ਆਫ ਹਿਸ ਕੰਟਰੀ ਉਹਨਾਂ ਨੇ ਇਹ ਕਿਹਾ ਕਿ ਬਰਤਾਨੀਆ ਦਾ ਨਾਗਰਿਕ ਹੁੰਦਿਆਂ ਹੋਇਆ ਮੈਨੂੰ ਇਸ ਘਟਨਾ ਕਰਕੇ ਮੈਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਔਰ ਸਾਰੇ ਹੀ ਦੇਸ਼ ਤੇ ਸ਼ਰਮਿੰਦਗੀ ਦਾ ਇਹ ਬਾਇਜ਼ ਬਣੀ ਹੈ ਇਹ ਘਟਨਾ ਸੋ ਉਸ ਵਕਤ ਦੇ ਇੱਕ ਲਿਬਰਲ ਐਮ ਪੀ ਸਨ ਚਾਰਲਸ ਗਿਪਲਨ ਉਹਨਾਂ ਦੀ ਇਹ ਸਟੇਟਮੈਂਟ ਸੀਗੀ ਇਸ ਸਾਰੇ ਕਾਂਡ ਬਾਰੇ ਤੋ ਦੋਸਤੋ ਪ੍ਰੋਗਰਾਮ ਚੱਲ ਰਿਹਾ ਸੋਚ ਦਾ ਸਫ਼ਰ ਤੁਸੀਂ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਾ ਜਲਦ ਹੀ ਹਾਜ਼ਰ ਹੁੰਦੇ ਹਾਂ ਦੁਬਾਰਾ ਤੁਹਾਡੀ ਖਿਦਮਤ ਵਿੱਚ ਹੁਣ ਸਾਡੇ ਨਾਲ ਭਾਰਤੀ ਜੀ ਹੋ ਗਏ ਨੇ ਤੋ ਦੋ ਹਫ਼ਤੇ ਪਹਿਲਾਂ ਜਿਹੜਾ ਅਸੀਂ ਪ੍ਰੋਗਰਾਮ ਕੀਤਾ ਸੀਗਾ ਰਿਜ਼ਰਵੇਸ਼ਨ ਇੰਡੀਆ ਵਿੱਚ ਜਿਹੜੀ ਰਾਖਵਾਂਕਰਨ ਜਿਹਨੂੰ ਕਹਿੰਦੇ ਨੇ ਜਾਂ ਕਾਸਟ ਤੇ ਆਧਾਰਿਤ ਰਿਜ਼ਰਵੇਸ਼ਨ ਹੁੰਦੀ ਹੈ ਉਹਦੇ ਤੇ ਅਸੀਂ ਗੱਲਬਾਤ ਕੀਤੀ ਸੀ ਤੋ ਜਿਹੜੇ ਕੁਝ ਇੱਕ ਸਵਾਲ ਉੱਠੇ ਨੇ ਭਾਰਤੀ ਜੀ ਉਹਨਾਂ ਦੀ ਕਲੈਰੀਫਿਕੇਸ਼ਨ ਦੇਣ ਦੀ ਕੋਸ਼ਿਸ਼ ਕਰਨਗੇ ਤੋ ਭਾਰਤੀ ਜੀ ਤੁਸੀਂ ਔਨ ਏਅਰ ਹੋ ਹਾਂਜੀ ਅਨੂ ਜੀ ਪਿਆਰ ਮੇਰੇ ਪਿਆਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਲਾਮ ਹਾਂਜੀ ਅਨੂ ਜੀ ਇਹ ਜਿਹੜਾ ਜਿਹੜੇ ਆਪਾਂ ਪ੍ਰੋਗਰਾਮ ਚ ਇਸ ਮਸਲੇ ਦੇ ਬਾਰੇ ਗੱਲਬਾਤ ਕੀਤੀ ਸੀਗੀ
ਉਸ ਤੋਂ ਪਹਿਲੇ ਵਾਲਾ ਜਿਹੜਾ ਪ੍ਰੋਗਰਾਮ ਹੈ ਮੇਰੇ ਛੋਟੇ ਵੀਰ ਕੁਲਦੀਪ ਸਿੰਘ ਤੇ ਸਾਹਿਬ ਸਿੰਘ ਉਹਨਾਂ ਦੀ ਕਾਫੀ ਇਸ ਮਾਮਲੇ ਦੇ ਵਿੱਚ ਵਿਚਾਰ ਹੋਏ ਸੀਗੇ ਤੇ ਜਿਹਦੇ ਵਿੱਚ ਦਲਿਤ ਦੇ ਮਾਮਲੇ ਸੀ ਰਿਜ਼ਰਵੇਸ਼ਨ ਦੇ ਮਾਮਲੇ ਸੀਗੇ ਸੋ ਉਹਦੇ ਵਿੱਚੋਂ ਜਿਹੜਾ ਰਿਜ਼ਰਵੇਸ਼ਨ ਦਾ ਮਾਮਲਾ ਆ ਉਹਦੇ ਬਾਰੇ ਆਪਾਂ ਆਪਣੇ ਪ੍ਰੋਗਰਾਮ ਤੇ ਗੱਲਬਾਤ ਕੀਤੀ ਸੀਗੀ ਸੋ ਕਿਉਂਕਿ ਜਿਹੜਾ ਕੁਲਦੀਪ ਵੀਰ ਜੀ ਅਤੇ ਸਾਹਿਬ ਸਿੰਘ ਵੀਰ ਜੀ ਜਿਹੜਾ ਪ੍ਰੋਗਰਾਮ ਹੁੰਦਾ ਹੈ ਉਹ ਪ੍ਰੋਗਰਾਮ ਇੱਕ ਜਿਹੜੀਆਂ ਮਨੁੱਖ ਦੀਆਂ ਸਮੱਸਿਆਵਾਂ ਨੇ ਜਾਂ ਸਿੱਖ ਭਾਈਚਾਰੇ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਇੱਕ ਸਿੱਖ ਨਜ਼ਰੀਏ ਦੇ ਨਾਲ ਇੱਕ ਸਿੱਖ ਫਿਲਾਸਫੀ ਦੇ ਨਾਲ ਉਹਨਾਂ ਦੇ ਬਾਰੇ ਗੱਲਬਾਤ ਕਰਦੇ ਨੇ ਸੋ ਬਾਖੂਬੀ ਗੱਲ ਕਰਦੇ ਨੇ ਹਾਂਜੀ ਜੀ ਜੀ ਸੋ ਉਹਦੇ ਵਿੱਚ ਅਸੀਂ ਫੈਸਲਾ ਲਿਆ ਸੀਗਾ ਕਿ ਜਿਹੜੀ ਇਹ ਰਿਜ਼ਰਵੇਸ਼ਨ ਦੀ ਹੈਗੀ ਹੈ ਗੱਲਬਾਤ ਉਹਨੂੰ ਬਾਕੀ ਨਜ਼ਰੀਏ ਦੇ ਨਾਲ ਹਿਸਟੋਰੀਕਲ ਨਜ਼ਰੀਏ ਦੇ ਨਾਲ ਦੇਖਦੇ ਦੇਖਦੇ ਇੱਕ ਜਿਹੜਾ ਸਿੱਖ ਨਜ਼ਰੀਆ ਹੈਗਾ ਉਹਦੇ ਨਾਲ ਵੀ ਇਹਨੂੰ ਇਹਦਾ ਵਿਸ਼ਲੇਸ਼ਣ ਕੀਤਾ ਜਾਵੇ ਸੋ ਤੁਹਾਨੂੰ ਉਹਨੂੰ ਯਾਦ ਹੋਣਾ ਕਿ ਅਸੀਂ ਜਿਹੜਾ ਆਪਣੇ ਏ ਸੀ ਪਲੈਨਟ ਐਫ ਐਮ ਤੋਂ ਜਿਹੜੇ ਹੈਗੇ ਨੇ ਟਿਮ ਕਰਕੇ ਜਿਹੜਾ ਮਦਰ ਅਰਥ ਜਿਹੜਾ ਪ੍ਰੋਗਰਾਮ ਕਰਦੇ ਮੈਨੂੰ ਪ੍ਰੋਗਰਾਮ ਦਾ ਹੁੰਦਾ ਹਾਂਜੀ ਉਹ ਥਰਸਡੇ ਸਵੇਰ ਨੂੰ ਸ਼ਾਇਦ 8:15 ਪ੍ਰੋਗਰਾਮ ਹੁੰਦਾ ਉਹਨਾਂ ਦਾ ਨਾਮ ਮੈਂ ਵੀ ਭੁੱਲ ਗਈ ਸ਼ਾਇਦ ਪਲੈਨਟ ਗ੍ਰੀਨ ਜਾਂ ਗ੍ਰੀਨ ਪਲੈਨਟ ਇਸ ਤਰ੍ਹਾਂ ਹੁੰਦਾ ਉਹਨਾਂ ਦਾ ਨਾਮ ਟਿਮ ਲਿੰਚ ਹੈ ਹਾਂਜੀ ਟਿਮ ਲਿੰਚ ਅਸੀਂ ਤੇ ਉਹ ਬਾਹਰ ਇੱਕ ਵਾਰੀ ਖੜੇ ਅਸੀਂ ਉਹਨਾਂ ਨਾਲ ਗੱਲਾਂ ਕਰ ਰਹੇ ਸੀ ਤੇ ਉਹ ਕਿਉਂਕਿ ਉਹ ਜਿੰਨੇ ਵੀ ਸੂਫੀ ਸੰਤ ਜਿੰਨੇ ਮਹਾਨ ਗੁਰੂ ਹੋਏ ਨੇ ਉਹਨਾਂ ਦੇ ਕਾਫੀ ਉਹ ਜਾਣਕਾਰ ਨੇ ਤੇ ਵਿੱਚ ਦੀ ਗੱਲ ਕਰਦਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਆਇਆ ਤੇ ਫਿਰ ਤੁਸੀਂ ਉਹਨਾਂ ਨੂੰ ਟ੍ਰਾਂਸਲੇਟ ਕਰਕੇ ਦੱਸਿਆ ਸੀਗਾ ਕਿ ਪਵਨ ਗੁਰੂ ਹਾਂਜੀ ਪਵਨ ਹਾਂਜੀ ਪਾਣੀ ਗੁਰੂ ਮਾਤਾ ਧਰਤ ਮਹਾਤਾ ਜੀ ਉਹ ਇੱਕ ਤਰ੍ਹਾਂ ਦੀ ਕਿਉਂਕਿ ਉਹ ਸਿਰਫ ਉਹਨਾਂ ਜਿਹੜਾ ਪ੍ਰੋਗਰਾਮ ਹੁੰਦਾ ਆ ਉਹ ਇਨਵਾਇਰਮੈਂਟ ਤੇ ਹੁੰਦਾ ਆ ਕਿ ਚਾਹੇ ਡੀਪ ਸੀ ਡ੍ਰਿਲਿੰਗ ਹੋਵੇ ਚਾਹੇ ਫਰੈਕਿੰਗ ਹੋਵੇ ਜਾਂ ਇੰਟੈਂਸਿਵ ਫਾਰਮਿੰਗ ਹੋਵੇ ਸੋ ਇਹ ਜਿਹੜਾ ਇਨਵਾਇਰਮੈਂਟ ਦਾ ਜਿਹੜਾ ਸਤਿਆਨਾਸ਼ ਕੀਤਾ ਜਾ ਰਿਹਾ ਹੈ ਉਹਦੇ ਬਾਰੇ ਚ ਉਹਨਾਂ ਦਾ ਸਾਰਾ ਪ੍ਰੋਗਰਾਮ ਹੁੰਦਾ ਸੋ ਉਹ ਉਸ ਗੱਲ ਨੂੰ ਇੱਕ ਅਸੀਂ ਆਪਣੇ ਜਿਹੜੀ ਸਿੱਖ ਫਿਲਾਸਫੀ ਆ ਉਹਦੇ ਹਿਸਾਬ ਦੇ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਸੀ ਸਾਨੂੰ ਐਗਜ਼ਾਮਪਲ ਇਕਦਮ ਸਾਹਮਣੇ ਆ ਗਈ ਸੋ ਕਈ ਵਾਰੀ ਕੀ ਹੁੰਦਾ ਆ ਅਨੂ ਜੀ ਕਿ ਜਿਹੜੀ ਜੋ ਕੁਛ ਹੁਣ ਚੱਲ ਰਿਹਾ ਹੈ ਉਹਦੀ ਜਿਹੜਾ ਇੱਕ ਮੰਨ ਲਓ ਇੱਕ ਸਿੱਖ ਧਰਮ ਹੋ ਗਿਆ ਜਾਂ ਬੁੱਧ ਧਰਮ ਹੋ ਗਿਆ ਜਾਂ ਹੋਰ ਵੀ ਜਿਹੜੀਆਂ ਫਿਲਾਸਫੀਜ਼ ਹੈਗੀਆਂ ਨੇ ਉਹਦਾ ਤੁਹਾਨੂੰ ਇੱਕ ਡਾਇਰੈਕਟ ਜਿਹੜਾ ਹੈਗਾ ਆ ਉਹ ਮਤਲਬ ਡਾਇਰੈਕਟ ਨੂੰ ਆਨਸਰ ਨਹੀਂ ਮਿਲਦਾ ਜਿੱਦਾਂ ਮੈਂ ਹੁਣੇ ਐਗਜ਼ਾਮਪਲ ਦਿੱਤੀ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਬਿਲਕੁਲ ਡਾਇਰੈਕਟਲੀ ਇਨਵਾਇਰਮੈਂਟ ਦੀ ਗੱਲ ਹੋ ਗਈ ਸੋ ਕਈ ਵਾਰੀ ਤੁਹਾਨੂੰ ਉਹ ਇੱਕ ਜਿਹੜੀ ਇੱਕ ਸਾਰੀ ਫਿਲਾਸਫੀ ਦਾ ਜਿਹੜਾ ਇੱਕ ਟ੍ਰੈਂਡ ਹੁੰਦਾ ਆ ਜਿਹੜਾ ਇੱਕ ਟ੍ਰੈਂਡ ਹੁੰਦਾ ਆ ਉਹਦੇ ਹਿਸਾਬ ਦੇ ਨਾਲ ਉਹਨੂੰ ਘੋਖ ਕੇ ਕਿ ਹਾਂ ਡਾਇਰੈਕਟ ਗੱਲ ਨਹੀਂ ਹੈਗੀ ਪਰ ਉਹਦੇ ਵਿੱਚ ਮੈਸੇਜ ਕੀ ਆ ਕਿਉਂਕਿ ਕਈ ਵਾਰੀ ਜਿਹਨੂੰ ਅੰਗਰੇਜ਼ੀ ਚ ਅਸੀਂ ਰੀਡਿੰਗ ਬਿਟਵੀਨ ਦਾ ਲਾਈਨਸ ਕਹਿੰਦੇ ਆ ਇਹ ਤੁਸੀਂ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਕਿ ਉਹਦੇ ਵਿੱਚ ਡਾਇਰੈਕਟਲੀ ਤੁਹਾਨੂੰ ਉਹਦਾ ਆਨਸਰ ਨਹੀਂ ਮਿਲਦਾ ਹੈਗਾ ਪਰ ਉਹ ਜਿਹੜਾ 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 ਫਿਲਾਸਫੀ ਦਾ ਜਿਹੜਾ ਇੱਕ ਨਿਚੋੜ ਹੁੰਦਾ ਆ ਜਾਂ ਉਹ ਜਿਹੜੇ ਇੰਸੀਡੈਂਟ ਹੋਏ ਨੇ ਉਹਦੇ ਵਿੱਚ ਤੁਹਾਨੂੰ ਲੱਗਦਾ ਕਿ ਹਾਂ ਜੇ ਅੱਜ ਇਸ ਮਸਲੇ ਬਾਰੇ ਉਹ ਫਿਲਾਸਫੀ ਜਾਂ ਉਹੀ ਗੱਲਬਾਤ ਅੱਜ ਹੁੰਦੀ ਤਾਂ ਸ਼ਾਇਦ ਉਹ ਇਦਾਂ ਹੁੰਦੀ ਠੀਕ ਹੈ ਮੈਂ ਤੁਹਾਡੀ ਗੱਲ ਸਮਝ ਰਹੀ ਹਾਂ ਮੈਨੂੰ ਲੱਗਦਾ ਤੁਸੀਂ ਕਹਿਣਾ ਚਾਹ ਰਹੇ ਹੋ ਕਿ ਜਿਹੜੀ ਫਿਲਾਸਫੀ ਹੈ ਉਹਦੀ ਆਈਡੀਓਲੋਜੀ ਕੀ ਹੈ ਆਈਡੀਓਲੋਜੀ ਕੀ ਹੈ ਸੋ ਉਸ ਹਿਸਾਬ ਦੇ ਨਾਲ ਕਿਉਂਕਿ ਮੈਨੂੰ ਇਸ ਗੱਲ ਦਾ ਪੂਰਾ ਮੇਰਾ ਖਿਆਲ ਹੈ ਕਿ ਪੰਜਾਬ ਦੇ ਬੱਚੇ ਨੂੰ ਪਤਾ ਹੈ ਕਿ ਖਾਲਸਾ ਪੰਥ ਦੀ ਸਾਜਨਾ ਵੇਲੇ ਜਿਹੜੇ ਪੰਜ ਪਿਆਰੇ ਸਾਹਿਬਾਨ ਸੀਗੇ ਉਹਨਾਂ ਨੇ ਆਪਣੇ ਆਪ ਨੂੰ ਵਲੰਟਰੀ ਕੀਤਾ ਸੀਗਾ ਆਪਣਾ ਸਿਰ ਦੇਣ ਵਾਸਤੇ ਪਰ ਮੇਰਾ ਆਪਣਾ ਜਿਹੜਾ ਟੋਪਿਕ ਸੀਗਾ ਉਹ ਖਾਲਸਾ ਪੰਥ ਦੀ ਸਾਜਨਾ ਨਹੀਂ ਸੀਗੀ ਕਿ ਉਹ ਜਿਹੜਾ ਸਿੱਖ ਧਰਮ ਦੇ ਵਿੱਚ ਜਿਹੜਾ ਇੱਕ ਰਿਜ਼ਰਵੇਸ਼ਨ ਦਾ ਦੇ ਮਾਮਲੇ ਦੇ ਵਿੱਚ ਉਸ ਜੇ ਚੀਜ਼ ਨੂੰ ਆਪਾਂ ਲਿਆ ਜਾਵੇ ਇੱਕ ਪੈਰਲਲ ਖਿੱਚਿਆ ਜਾਵੇ ਤੇ ਉਹ ਕਿਵੇਂ ਕਿਵੇਂ ਵਿਚਾਰ ਉਹ ਹੁੰਦਾ ਰਿਜ਼ਰਵੇਸ਼ਨ ਦੇ ਮਾਮਲੇ ਦੇ ਵਿੱਚ ਜਦਕਿ ਨਾ ਕਿ ਇਹਦੇ ਵਿੱਚ ਕੋਈ ਇਹੋ ਜਿਹੀ ਕੋਈ ਕਿਸੇ ਨੂੰ ਦੁਖੀ ਕਰਨ ਵਾਲੀ ਜਾਂ ਕਿਸੇ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਤੇ ਬਿਲਕੁਲ ਨਹੀਂ ਸੀਗੀ ਸੋ ਇਹ ਜਿਹੜਾ ਇਹਦੇ ਵਿੱਚੋਂ ਜਿਹੜਾ ਅਨੂ ਜੀ ਪਹਿਲਾ ਜਿਹੜਾ ਸਵਾਲ ਜਿਹੜਾ ਆਪਣੇ ਤੋਂ ਉੱਠਿਆ ਸੀਗਾ ਕਿ ਇਹ ਕਿ ਜਿਹੜਾ ਪੰਜ ਪਿਆਰੇ ਸਾਹਿਬਾਨਾਂ ਨੂੰ ਅਸੀਂ
ਸ਼ੂਦਰ ਕਿਹਾ ਗਿਆ ਔਰ ਜਦਕਿ ਤੁਸੀਂ ਰੇਡੀਓ ਪ੍ਰੋਗਰਾਮ ਸਾਰਾ ਸੁਣੋ ਉਹਦੇ ਵਿੱਚ ਬਿਲਕੁਲ ਸ਼ੂਦਰ ਵਰਡ ਜਿਹੜਾ ਸ਼ਬਦ ਆ ਖਾਸ ਕਰਕੇ ਇਸ ਮਾਮਲੇ ਵਿੱਚ ਨਹੀਂ ਜੋੜਿਆ ਗਿਆ ਸ਼ੂਦਰ ਲਫ਼ਜ਼ ਮੈਨੂੰ ਲੱਗਦਾ ਮੈਂ ਇੱਕ ਵਾਰੀ ਵਰਤਿਆ ਪਰ ਉਹ ਖਾਲਸਾ ਪੰਥ ਦੀ ਸਾਜਣਾ ਨਾਲ ਕਨੈਕਟਡ ਨਹੀਂ ਸੀ ਉਹ ਹੋਰ ਉਸ ਤੋਂ ਬਾਅਦ ਲੇਟਰ ਔਨ ਹੋਰ ਗੱਲ ਚੱਲ ਪਈ ਸੀਗੀ ਸਿਰਫ ਮੈਂ ਇੱਕ ਵਾਰੀ ਸ਼ੂਦਰ ਵਰਡ ਯੂਜ਼ ਕੀਤਾ ਉਹ ਵਾਲੇ ਪ੍ਰੋਗਰਾਮ ਚ ਹਾਂਜੀ ਹਾਂਜੀ ਉਹ ਬਾਅਦ ਦੇ ਵਿੱਚ ਹਾਂਜੀ ਉਹ ਹੋਰ ਗੱਲ ਸੀਗੀ ਜੀ 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 ਸੋ ਸਭ ਤੋਂ ਪਹਿਲਾਂ ਤੇ ਇਹ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਪੰਜ ਪਿਆਰਿਆਂ ਦੇ ਸਿਰ ਮੰਗੇ ਗਏ ਆ ਉਹਦੇ ਵਿੱਚੋਂ ਚਾਰ ਜਿਹੜੇ ਸੀਗੇ ਉਹ ਦਲਿਤ ਪਰਿਵਾਰਾਂ ਚੋਂ ਹੀ ਕਿਉਂ ਆਏ ਸੋ ਮੈਨੂੰ ਇਹ ਲੱਗਦਾ ਕਿ ਜਿਹੜੀ ਜਿਹੜੀ ਮਤਲਬ ਜਿਹੜੀ ਕਮਿਊਨਿਟੀ ਦੇ ਉੱਪਰ ਜਿੰਨਾ ਜ਼ਿਆਦਾ ਜ਼ੁਲਮ ਹੁੰਦਾ ਜਿੰਨੇ ਦੱਬੇ ਕੁਚਲੇ ਹੁੰਦੇ ਨੇ ਉਹਨਾਂ ਨੂੰ ਲੜਨ ਵਾਸਤੇ ਇੱਕ ਪਲੇਟਫਾਰਮ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਸੋ ਜਿਹੜਾ ਪਲੇਟਫਾਰਮ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨਾਂ ਨੂੰ ਦਿੱਤਾ ਸੋ ਪਰ ਦੂਸਰੀ ਨਾਲ ਦੀ ਨਾਲ ਗੱਲ ਇਹ ਵੀ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਚਾਹੁੰਦੇ ਜੇ ਮਤਲਬ ਏਦਾਂ ਕਿ ਜਦੋਂ ਚਾਰ ਜਿਹੜੇ ਦਲਿਤ ਸੀਗੇ ਉਹਨਾਂ ਨੇ ਆਪਣਾ ਸਿਰ ਦੇਣ ਦੀ ਜਦੋਂ ਸਿਰ ਦੇਣ ਹਾਂਜੀ ਉਹਨਾਂ ਨੂੰ ਇਹ ਵੀ ਕਹਿ ਸਕਦੇ ਸੀ ਨਹੀਂ ਜੀ ਤੁਸੀਂ ਤੁਸੀਂ ਤੇ ਖੱਤਰੀ ਨੀ ਹੈਗੇ ਤੁਸੀਂ ਯੋਧੇ ਨੀ ਹੈਗੇ ਤੁਸੀਂ ਕਮਜ਼ੋਰ ਹੋ ਤੁਹਾਨੂੰ ਨਹੀਂ ਪਰ ਇਹ ਤੇ ਔਰ ਉਹਨਾਂ ਨੇ ਜੋ ਕੀਤਾ ਸਾਰੇ ਜਾਣਦੇ ਆ ਕਿ ਉਹਨਾਂ ਨੂੰ ਉਸ ਜ਼ਿਲਤ ਦੇ ਵਿੱਚੋਂ ਜਿਹੜਾ ਚੱਕ ਕੇ ਉਹਨਾਂ ਨੂੰ ਇੱਕ ਵਧੀਆ ਜ਼ਿੰਦਗੀ ਦੇਣ ਵਾਸਤੇ ਉਹਨਾਂ ਨੂੰ ਇੱਕ ਜੁਝਾਰੂ ਸਿੰਘ ਬਣਾਉਣ ਵਾਸਤੇ ਆਪਣੇ ਹੱਕਾਂ ਲਈ ਲੜਨ ਵਾਸਤੇ ਇਹ ਸਾਰਾ ਕੁਝ ਕੀਤਾ ਗਿਆ ਸੀ ਐਕਚੁਅਲੀ ਇਹ ਵੀ ਇੱਥੇ ਪੁਆਇੰਟ ਹੋਣੇ ਮੇਰੇ ਦਿਮਾਗ 'ਚ ਆ ਰਿਹਾ ਕਿ ਜਿਹੜਾ ਅਗਰ ਕਿਸੇ ਨੇ ਬਹੁਤ ਖੁਖਾਰ ਕਿਸਮ ਦੀ ਜੰਗ ਹੀ ਲੜਨ ਵਾਸਤੇ ਫੌਜ ਬਣਾਉਣੀ ਹੋਵੇ ਤਾਂ ਉਹ ਫਿਰ ਜਿਹੜੇ ਸਭ ਤੋਂ ਕਮਜ਼ੋਰ ਵੀਕੈਸਟ ਨੇ ਜਿਹੜੇ ਸੋਸਾਇਟੀ 'ਚ ਉਹਨਾਂ ਨੂੰ ਬਿਲਕੁਲ ਨਹੀਂ ਸ਼ਾਇਦ ਅਸੀਂ ਫਿਰ ਪਿੱਕ ਕਰਾਂਗੇ ਬਿਲਕੁਲ ਅਸੀਂ ਬਿਲਕੁਲ ਟੌਪ ਕਰੀਮ ਲਵਾਂਗੇ ਫਿਰ ਹਾਂਜੀ ਪਰ ਉਹਨਾਂ ਦਾ ਜਿਹੜਾ ਮਕਸਦ ਸੀਗਾ ਉਹ ਇਹਨਾਂ ਜਿਹੜੇ ਲਤਾੜੇ ਹੋਏ ਨੇ ਮਲਜੀਵੜੇ ਨੇ ਇਹਨਾਂ ਨੂੰ ਉੱਪਰ ਕਿਵੇਂ ਲਿਆਂਦਾ ਜਾਵੇ ਅਪਲਿਫਟ ਕਰਨਾ ਕਿਵੇਂ ਕੀਤਾ ਜਾਵੇ ਤੋਂ ਜਿਹੜੀ ਕਿਉਂਕਿ ਕਨੈਕਸ਼ਨ ਫਿਰ ਉਹ ਉੱਥੇ ਗੱਲ ਜੁੜਦੀ ਹੈ ਕਿ ਜਿਹੜਾ ਰਿਜ਼ਰਵੇਸ਼ਨ ਦਾ ਮਕਸਦ ਵੀ ਇਹੋ ਹੀ ਹੈ ਕਿ ਜਿਹੜੇ ਪਛੜੇ ਹੋਏ ਨੇ ਉਹਨਾਂ ਨੂੰ ਅਪਲਿਫਟ ਕਿਸ ਤਰ੍ਹਾਂ ਕਰਨਾ ਹਾਂਜੀ ਅਨੂ ਜੀ ਇਸ ਗੱਲ ਤੇ ਆਪਾਂ ਬਹੁਤ ਕਲੀਅਰਲੀ ਹੋ ਰਹੀ ਹੈ ਕਿ ਇਹ ਇੱਕ ਹੋਰ ਐਸਪੈਕਟ ਜਿਹੜਾ ਹੋ ਸਕਦਾ ਹੈ ਸੋ ਇਹ ਗੱਲ ਮੰਨਦੇ ਆ ਕਿ ਪਹਿਲਾ ਜਿਹੜਾ ਐਸਪੈਕਟ ਹੈਗਾ ਉਹ ਖਾਲਸਾ ਪੰਥ ਦੀ ਸਾਜਨਾ ਹੈ ਪਰ ਜਿਵੇਂ ਮੈਂ ਪਹਿਲਾਂ ਐਗਜ਼ਾਮਪਲ ਦਿੱਤੀ ਹੈ ਕਿ ਜਿਵੇਂ ਸਾਨੂੰ ਉਹਦੇ ਵਿੱਚੋਂ ਇਨਵਾਇਰਮੈਂਟ ਦੀ ਸਿੱਧੀ ਐਗਜ਼ਾਮਪਲ ਮਿਲ ਗਈ ਹੈ ਪਰ ਇਹ ਇੱਕ ਟ੍ਰੈਂਡ ਦੇਖਣਾ ਪਊਗਾ ਕਿ ਹਾਂ ਕਿਤੇ ਨਾ ਕਿਤੇ ਇਹ ਜਿਹੜੀ ਗੱਲ ਵੀ ਨਾਲ ਦੀ ਨਾਲ ਇਸ ਗੱਲ ਨੂੰ ਵੀ ਪ੍ਰਮੋਟ ਕਰਨਾ ਇੱਕ ਉਹਨਾਂ ਦਾ ਮੁੱਦਾ ਸ਼ਾਇਦ ਉਹਨਾਂ ਨੇ ਇਹ ਵੀ ਗੱਲ ਸਾਹਮਣੇ ਰੱਖੀ ਹੋਵੇ ਉਹਨਾਂ ਦੇ ਦਿਮਾਗ ਵਿੱਚ ਸ਼ਾਇਦ ਇਹ ਵੀ ਗੱਲ ਰਹੀ ਹੋਵੇ ਬਿਲਕੁਲ ਤੁਸੀਂ ਇਸ ਤਰ੍ਹਾਂ ਮੰਨਦੇ ਹੋ ਹਾਂਜੀ ਮੈਂ ਇਸ ਤਰ੍ਹਾਂ ਮੰਨਦਾ ਜੀ ਸੋ ਉਸ ਤੋਂ ਬਾਅਦ ਜਿਹੜਾ ਦੂਸਰਾ ਜਿਹੜਾ ਸਵਾਲ ਉਠਾਇਆ ਗਿਆ ਸੀਗਾ ਕਿ ਭਗਤ ਰਵਿਦਾਸ ਜੀ ਨੂੰ ਗੁਰੂ ਕਿਉਂ ਕਿਹਾ ਗਿਆ ਮੈਂ ਆਪਣੇ ਸਰੋਤਿਆਂ ਨੂੰ ਆਪਣੇ ਦੋਸਤਾਂ ਨੂੰ ਇਹ ਮੈਂ ਗੱਲ ਬਿਲਕੁਲ ਕਲੀਅਰ ਕਰ ਦੇਣੀ ਚਾਹੁੰਦਾ ਕਿ ਇਹ ਇੱਕ ਮੇਰੇ ਮੂੰਹ ਚੋਂ ਨਿਕਲਿਆ ਇੱਕ ਸੁਭਾਵਿਕ ਤਰੀਕੇ ਨਿਕਲਿਆ ਮੈਂ ਤੁਹਾਨੂੰ ਇਸ ਗੱਲ ਦੀ ਗਾਰੰਟੀ ਦੇ ਸਕਦਾ ਕਿ ਕੋਈ ਵੀ ਇਸ ਗੱਲ ਨੂੰ ਕਹਿਣ ਦਾ ਮੇਰਾ ਮਤਲਬ ਕੋਈ ਕੰਟਰੋਵਰਸੀ ਖੜਾ ਕਰਨਾ ਨਹੀਂ ਸੀਗਾ ਇੱਕ ਮੇਰੇ ਕੋਲ ਸੁਭਾਵਿਕ ਮੇਰੇ ਮੂੰਹ ਦੇ ਵਿੱਚੋਂ ਇੱਕ ਲਿਫ ਨਿਕਲਿਆ ਹੋਇਆ ਲਫਜ਼ ਹਾਂ ਕਿਉਂਕਿ ਮੈਂ ਜਿਹੜੀ ਇਹ ਜਿਹੜੀ ਭਗਤ ਤੇ ਜਿਹੜੀ ਗੁਰੂ ਰਵਿਦਾਸ ਵਾਲੀ ਜਿਹੜੀ ਗੱਲਬਾਤ ਆ ਮੈਨੂੰ ਉਹਦੇ ਬਾਰੇ ਬਹੁਤ ਹੀ ਨੌਲੇਜ ਹੀ ਨਹੀਂ ਹੈ ਸੋ ਇਸ ਕਰਕੇ ਮੈਂ ਉਹਦੇ ਬਾਰੇ ਗੱਲ ਹੀ ਮਤਲਬ ਸਵਾਲ ਹੀ ਨਹੀਂ ਪੈਦਾ ਹੋਣ ਕਿ ਮੈਂ ਉਹਦੇ ਬਾਰੇ ਗੱਲ ਕਰਾਂ ਸੋ ਇਹ ਜੇ ਭਗਤ ਰਵਿਦਾਸ ਜੀ ਨੂੰ ਗੁਰੂ ਰਵਿਦਾਸ ਜੀ ਕਹਿਣ ਕਰਕੇ ਜੇ ਕਿਸੇ ਨੂੰ ਦੁੱਖ ਪਹੁੰਚਿਆ ਤੇ ਮੈਂ ਉਹਨਾਂ ਕੋਲੋਂ ਮਾਫ਼ੀ ਮੰਗਦਾ ਪਰ ਮੇਰੀ ਇੰਟੈਂਸ਼ਨ ਬਿਲਕੁਲ ਵੀ ਇਸ ਮਾਮਲੇ ਦੇ ਵਿੱਚ ਕੋਈ ਇੰਟੈਂਸ਼ਨ ਨਹੀਂ ਸੀਗੀ ਇੱਕ ਜਸਟ ਇੱਕ ਸਹਿ ਸੁਭਾਅ ਜੇ ਜਿਹੜਾ ਮੂੰਹ ਦੇ ਵਿੱਚੋਂ ਇੱਕ ਸ਼ਬਦ ਨਿਕਲਿਆ ਬਾਕੀ ਜਿਹੜੀ ਰਿਜ਼ਰਵੇਸ਼ਨ ਦੀ ਗੱਲ ਵਾ ਉਹ ਇੱਕ ਜਿੱਦਾਂ ਮੈਂ ਪਹਿਲਾਂ ਗੱਲ ਦੱਸ ਚੁੱਕਿਆ ਕਿ ਇੱਕ ਜਿਹੜਾ ਟ੍ਰੈਂਡ ਆ ਇੱਕ ਜਿਹੜਾ ਆਪਣੇ ਜਿਹੜਾ ਸਿੱਖ ਧਰਮ ਦਾ ਜਿਹੜਾ ਇੱਕ ਟ੍ਰੈਂਡ ਆ ਉਹਦੇ ਉਹਨੂੰ ਹੁਣ ਦੇ ਟਾਈਮ ਦੇ ਵਿੱਚ ਉਹ ਇਸ ਚੀਜ਼ ਨੂੰ ਕਿਵੇਂ ਦੇਖਦੇ ਉਹਦੇ ਹਿਸਾਬ ਦੇ ਨਾਲ ਮੈਂ ਗੱਲ ਕੀਤੀ ਸੀ ਜੀ ਬਿਲਕੁਲ ਹਾਂਜੀ ਤੁਸੀਂ ਆਪਣੀ ਗੱਲ ਕੈਰੀ ਔਨ ਰੱਖੋ ਅਗਰ ਤੁਸੀਂ ਹੋਰ ਕੁਝ ਐਡ ਕਰਨਾ ਚਾਹੁੰਦੇ ਹੋ ਮੈਂ ਤੇ ਜੀ ਇਹੀ ਗੱਲ ਕਹਿਣਾ ਚਾਹੁੰਦਾ ਸੀਗਾ ਬਾਕੀ ਜਿਹੜਾ ਹੋਰ ਜਿਹੜਾ ਇੱਕ ਪਰਟੀਕੂਲਰ ਰੇਡੀਓ ਚੈਨਲ ਹੈਗਾ ਉੱਥੋਂ ਇਹ ਗੱਲ ਬੜੀ ਉਛਾਲ ਕੇ ਉਭਾਰ ਕੇ ਬਾਰ ਬਾਰ ਇਹਨੂੰ ਤਰੋੜਿਆ ਮਰੋੜਿਆ ਜਾ ਰਿਹਾ ਹੈ ਸੋ ਪਲੀਜ਼ ਜੇ ਕਿਸੇ ਵੀ ਹੋਰ ਸਰੋਤੇ ਨੂੰ ਜਾਂ ਸੁਣਨ ਵਾਲੇ ਨੂੰ ਕੋਈ ਇਤਰਾਜ਼ ਹੈਗਾ ਮੇਰਾ ਫੋਨ ਨੰਬਰ ਤੁਸੀਂ ਲੈ ਲਓ ਮੇਰੇ ਨਾਲ ਗੱਲ ਕਰ ਸਕਦੇ ਹੋ ਇਹਦੇ ਵਿੱਚ ਕੋਈ ਕੰਟਰੋਵਰਸੀ ਖੜੀ ਕਰਨ ਦੀ ਕੋਈ ਗੱਲ ਨਹੀਂ ਸੀਗੀ ਇੱਕ ਆਪਣਾ ਮੈਨੂੰ ਇਹ ਗੱਲ ਬੜੀ ਵਧੀਆ ਯਾਦ ਆਉਂਦੀ ਜੀ ਕਿ ਆਪਣੇ ਇੱਥੇ ਅੱਜ ਕੱਲ੍ਹ
ਵੀਰ ਗੁਰਚੰਟ ਸਿੰਘ ਦੀ ਜਿਹੜੇ ਗੁਰਦੁਆਰਾ ਸਿੰਘ ਸਭਾ ਆਏ ਹੋਏ ਨੇ ਪੱਕਾ ਨਹੀਂ ਹੈ ਕਿ ਕਿਹੜੇ ਗੁਰਦੁਆਰੇ ਆਏ ਪਰ ਮੈਂ ਉਹ ਸਿੱਖ ਮਿਸ਼ਨਰੀ ਕਾਲਜ ਤੋਂ ਉਹਨਾਂ ਦਾ ਮੈਂ ਪ੍ਰੋਗਰਾਮ ਸੁਣਿਆ ਸੀਗਾ ਜੀ ਹਾਂਜੀ ਰੇਡੀਓ ਵਿਰਸਾ ਤੇ ਸੁਣਿਆ ਸੀਗਾ ਤਿੰਨ ਚਾਰ ਦਿਨ ਪਹਿਲੇ ਦੀ ਗੱਲ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਸੀਗੀ ਉਹਨਾਂ ਨੇ ਇੱਕ ਬਹੁਤ ਵਧੀਆ ਗੱਲ ਕੀਤੀ ਸੀਗੀ ਕਿ ਜਦੋਂ ਉਹ ਸਟੂਡੈਂਟ ਨੂੰ ਜਦੋਂ ਪੜ੍ਹਾਉਂਦੇ ਨੇ ਖਾਸ ਕਰਕੇ ਸਿੱਖ ਇਤਿਹਾਸ ਦੇ ਬਾਰੇ ਦੇ ਵਿੱਚ ਜੇ 50 ਸਟੂਡੈਂਟ ਨੇ ਤੇ 50ਾਂ ਦਾ ਜਿਹੜਾ ਉਹਨੂੰ ਸਮਝਣ ਦਾ ਤਰੀਕਾ ਉਹਦਾ ਨਜ਼ਰੀਆ ਉਹਨਾਂ ਦਾ ਵੱਖਰਾ ਵੱਖਰਾ ਹੈ ਪੋਜ਼ਿਟਿਵਲੀ ਲੈ ਕੇ ਜਾਇਆ ਜਾਵੇ ਨਾ ਕਿ ਇਹਨੂੰ ਕਿਸੇ ਨੈਗੇਟਿਵ ਤਰੀਕੇ ਦੇ ਨਾਲ ਇਹ ਸਾਰੀ ਗੱਲਬਾਤ ਨੂੰ ਦੇਖਿਆ ਜਾਵੇ ਜੀ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਭਾਰਤੀ ਜੀ ਸ਼ੁਕਰੀਆ ਜੀ ਪੈਂਡੇ ਅਸੀਂ ਵਿਚੋਂਦੀ ਹੋਏ ਬੱਬਾ ਹੇਠਾਂ ਚੀਕਣ ਸਾਵਾਂ ਸੁਪਨੇ ਵੀ ਅੱਧ ਮੋਏ ਉਮਰੂ ਲੰਮੇ ਆਸ ਦੇ ਪੈਂਡੇ ਅਸੀਂ ਵਿਚੋਂਦੀ ਹੋਏ ਬੱਬਾ ਹੇਠਾਂ ਚੀਕਣ ਸਾਵਾਂ ਸੁਪਨੇ ਵੀ ਅੱਧ ਮੋਏ ਜੁੱਸੇ ਅੱਤ ਪਰੇ ਸਮੇਂ ਨੇ ਹਰ ਮਾਤੜ ਦੀ ਬੁੱਲੜੀ ਅੱਖੜੀ ਸੀਤੀ ਉਹਦੀ ਭੀੜ ਵੰਡਾਵਣ ਦੀ ਥਾਂ ਹੋਰ ਬਥੇਰੀ ਕੀਤੀ ਨਿੱਜ ਸਮੇਂ ਨੇ ਹਰ ਮਾਤੜ ਦੀ ਬੁੱਲੜੀ ਅੱਖੜੀ ਸੀਤੀ ਉਹਦੀ ਭੀੜ ਵੰਡਾਵਣ ਦੀ ਥਾਂ ਹੋਰ ਬਥੇਰੀ ਕੀਤੀ ਉਹ ਵੀ ਮਗਰੋਂ ਵਰਗੇ ਸੁਹਣੇ ਚੀਕਾਂ ਦੇ ਵਿੱਚ ਗੁੰਨੇ ਸ਼ਹਿਰ ਨੇ ਚੀਕਣ ਪੱਕੀਆਂ ਥਾਵਾਂ ਪਿੰਡਾਂ ਦੇ ਪਿੰਡ ਸੁਣੇ ਸਾਵੀਆਂ ਰੁੱਤਾਂ ਵਰਗੇ ਸੁਹਣੇ ਚੀਕਾਂ ਦੇ ਵਿੱਚ ਗੁੰਨੇ ਸ਼ਹਿਰ ਨੇ ਚੀਕਣ ਪੱਕੀਆਂ ਥਾਵਾਂ ਪਿੰਡਾਂ ਦੇ ਪਿੰਡ ਸੁਣੇ ਲਾਸ਼ਾਂ ਤੇ ਦਫਨਾ ਦੇ ਸੁਣਿਆ ਲਾਸ਼ਾਂ ਤੇ ਦਫਨਾਇਆ ਪੀ
ਚੁੱਕਣੇ ਆਇਆ ਸਜਣ ਜੀ ਪੀੜਾਂ ਵਿਕਣੇ ਆਇਆ ਵੇਲੋ ਦੋਸਤੋ ਸੋਚ ਦਾ ਸਫ਼ਰ ਕਰੀਬ ਕਰੀਬ ਅੰਤਲੇ ਪੜਾਅ ਤੇ ਪਹੁੰਚ ਚੁੱਕਿਆ ਤੋ ਜਾਂਦੇ ਜਾਂਦਿਆਂ ਇਸ ਤਰ੍ਹਾਂ ਮੈਂ ਕਿਹਾ ਸੀਗਾ ਕਿ ਇੱਥੋਂ ਦੀਆਂ ਖ਼ਬਰਾਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਖ਼ਾਸ ਜਿਹੜੀ ਮੇਨ ਖ਼ਬਰ ਉਹ ਤਾਂ ਮਲੇਸ਼ੀਆ ਏਅਰਲਾਈਨ ਵਾਲੀ ਉਹ ਤੁਹਾਡੇ ਨਾਲ ਮੈਂ ਸਾਂਝੀ ਕਰ ਚੁੱਕੀ ਹਾਂ ਉਸ ਤੋਂ ਇਲਾਵਾ ਜਿਹੜੀ ਅੱਜ ਦੁਪਹਿਰੇ ਡਿਵੈਲਪਮੈਂਟ ਹੋਈ ਹੈ ਕਿ ਜੌਨ ਕੀ ਹੋਰਾਂ ਨੇ ਜਨਰਲ ਇਲੈਕਸ਼ਨ ਦੀ ਡੇਟ ਜਿਹੜੀ ਉਹ ਅਨਾਊਂਸ ਕਰ ਦਿੱਤੀ ਹੈ 30 ਮਾਰਚ ਨੂੰ ਜਨਰਲ ਇਲੈਕਸ਼ਨ ਹੋਏਗੀ ਤੋ ਅਗਲੇ ਜਿਹੜੇ ਕੁਝ ਮਹੀਨੇ ਨੇ ਕਾਫ਼ੀ ਮੈਨੂੰ ਲੱਗਦਾ ਕਿ ਦਿਲਚਸਪ ਡਿਵੈਲਪਮੈਂਟਸ ਹੋਣਗੀਆਂ ਅਲੱਗ ਅਲੱਗ ਪਾਰਟੀਆਂ ਨੂੰ ਲੈ ਕੇ ਖਾਸ ਤੌਰ ਤੇ ਲੇਬਰ ਪਾਰਟੀ ਦਾ ਕਿਉਂਕਿ ਉਹਨਾਂ ਨੇ ਜਿਹੜੇ ਸਟਾਫ ਇਨ ਚੀਫ ਅਪੁਆਇੰਟ ਕੀਤਾ ਮੈਟ ਮਕਾਟਨ ਨੂੰ ਸੋ ਉਸ ਪੱਖੋਂ ਕਾਫ਼ੀ ਉਤਸੁਕ ਹਾਂ ਅਸੀਂ ਦੇਖਣ ਲਈ ਕਿ ਕੀ ਡਿਵੈਲਪਮੈਂਟਸ ਹੁੰਦੀਆਂ ਨੇ ਕਿਸ ਰੁੱਖ ਜਾਂਦੀ ਹੈ ਲੇਬਰ ਪਾਰਟੀ ਤੋ ਆਉਣ ਵਾਲੇ ਪ੍ਰੋਗਰਾਮਾਂ 'ਚ ਤੁਹਾਡੇ ਨਾਲ ਇਸ ਤਰ੍ਹਾਂ ਦੀ ਜਾਣਕਾਰੀ ਸ਼ੇਅਰ ਕਰਦੇ ਰਹਾਂਗੇ ਹਾਂਜੀ ਦੂਸਰਾ ਇਹ ਵੀ ਕਿ ਡੇਟ ਜਿਹੜੀ ਬੜੀ ਇੰਟਰਸਟਿੰਗ ਇਹਨਾਂ ਨੇ ਤੈਅ ਕੀਤੀ ਹੈ ਕਿਉਂਕਿ ਸ਼ਾਇਦ ਨਵੰਬਰ ਵਿੱਚ G20 ਦਾ ਜਿਹੜਾ ਸਮਿਟ ਹੈ ਸੋ ਉਸ ਤੋਂ ਪਹਿਲਾਂ ਇਹ ਆਪਣੀ ਜਿਹੜੀ ਪੋਜੀਸ਼ਨ ਹੈ ਮੈਨੂੰ ਲੱਗਦਾ ਸਿਕਿਓਰ ਕਰਕੇ ਰੱਖਣਾ ਚਾਹੁੰਦੇ ਆ ਤਾਂ ਕਿ G20 'ਚ ਜਿਹੜਾ ਇਹਨਾਂ ਨੇ ਨਿਊਜ਼ੀਲੈਂਡ ਦਾ ਨੂੰ ਜੋ ਨੁਕਸਾਨ ਪਹੁੰਚਾਉਣਾ ਹੈ ਫਿਰ ਆਰਾਮ ਨਾਲ ਪਹੁੰਚਾ ਸਕਣਗੇ ਉਸ ਤੋਂ ਇਲਾਵਾ ਜਾਂਦਿਆਂ ਫੂਡ ਦੀ ਹਾਂਜੀ ਮੈਂ ਤੁਹਾਨੂੰ ਇਹ ਵੀ ਪ੍ਰੋਮਿਸ ਕੀਤਾ ਸੀਗਾ ਕਿ ਫੂਡ ਦੀ ਕੋਈ ਨਾ ਕੋਈ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਅੱਜ ਖੈਰ ਮੇਰੇ ਕੋਲ ਅੰਕੜੇ ਨਹੀਂ ਹਨ ਪਰ ਆਇਰਨ ਦੀ ਅਗਰ ਗੱਲ ਕਰੀਏ ਅਸੀਂ ਬਿਲਕੁਲ ਸੰਖੇਪ ਵਿੱਚ ਅਕਸਰ ਸਾਡੇ ਭਾਰਤੀ ਭਾਈਚਾਰੇ ਵਿੱਚ ਕਾਫ਼ੀ ਸਾਰੇ ਲੋਕ ਵੈਜੀਟੇਰੀਅਨ ਹੋਣ ਕਰਕੇ ਆਇਰਨ ਦੀ ਘਾਟ ਰਹਿੰਦੀ ਹੈ ਤੋ ਸਾਰਿਆਂ ਨੂੰ ਇਹ ਵੀ ਕਾਫ਼ੀ ਸਾਰੇ ਲੋਕਾਂ ਨੂੰ ਇਹ ਵਹਿਮ ਰਹਿੰਦਾ ਹੈ ਕਿ ਮੀਟ ਜਾਂ ਨੋਨ ਵੈਜ ਚੋਂ ਆਇਰਨ ਕਾਫ਼ੀ ਮਿਲ ਜਾਂਦਾ ਤੋ ਤੁਹਾਡੀ ਜਾਣਕਾਰੀ ਵਾਸਤੇ ਇਹ ਇਨਫੋਰਮੇਸ਼ਨ ਮਰਕੁਲਾ www.mercola.com ਜਿਹੜੀ ਵੈਬਸਾਈਟ ਹੈ ਉੱਥੋਂ ਇਨਫੋਰਮੇਸ਼ਨ ਲਈ ਹੈ ਕਿ ਕਾਲੇ ਚਨੇ ਹਨ ਜਿਹੜੇ ਕਾਲੇ ਛੋਲੇ ਉਹਨਾਂ ਵਿੱਚ ਸਭ ਤੋਂ ਜ਼ਿਆਦਾ ਆਇਰਨ ਹੁੰਦੀ ਹੈ ਪਰਸੈਂਟੇਜ ਤੋ ਜਿਹੜਾ ਤੁਹਾਡਾ ਰੈੱਡ ਮੀਟ ਬੀਫ ਲੈਂਬ ਉਹਨਾਂ ਵਿੱਚ ਵੀ ਇੰਨੀ ਆਇਰਨ ਨਹੀਂ ਹੈ ਜਿੰਨੀ ਤੁਸੀਂ ਕਾਲੇ ਚਨਿਆਂ ਵਿੱਚੋਂ ਲੈ ਸਕਦੇ ਹੋ ਤੋ ਵੈਸੇ ਵੀ ਅਗਰ ਸਿਹਤਮੰਦ ਤਰੀਕੇ ਨਾਲ ਤੁਸੀਂ ਆਇਰਨ ਹਾਸਲ ਕਰਨੀ ਹੈ ਤੋ ਜਿਸ ਤਰ੍ਹਾਂ ਅਸੀਂ ਖੈਰ ਇੰਡੀਆ 'ਚ ਭੱਠੀ ਤੋਂ ਬਣਾ ਕੇ ਦਾਣੇ ਚੱਬਦੇ ਸੀ ਅੱਜ ਕੱਲ੍ਹ ਇੱਥੇ ਸ਼ੋਪਸ 'ਚ ਮਿਲ ਜਾਂਦੇ ਆ ਬਣੇ ਬਣਾਏ ਸਬਜ਼ੀ ਵੀ ਤੁਸੀਂ ਚਨਿਆਂ ਦੀ ਬਣਾ ਕੇ ਖਾਓ ਤੋ ਇਹ ਛੋਟੀ ਜਿਹੀ ਫੂਡ ਦੀ ਜਾਣਕਾਰੀ ਤੁਹਾਡੇ ਲਈ ਅਗਲੇ ਪ੍ਰੋਗਰਾਮਾਂ ਵਿੱਚ ਕੋਸ਼ਿਸ਼ ਰਹੇਗੀ ਕਿ ਮੈਂ ਫੂਡ ਦੀ ਗੱਲ ਥੋੜ੍ਹੀ ਜ਼ਿਆਦਾ ਵਿਸਥਾਰ ਨਾਲ ਕਰ ਸਕਾਂ ਤੋ ਹੁਣ ਦਿਓ ਇਜਾਜ਼ਤ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ ਅਗਲੇ ਸੋਮਵਾਰ ਅਗਰ ਜ਼ਿੰਦਗੀ ਰਹੀ ਦੁਬਾਰਾ ਮੁਲਾਕਾਤ ਹੋਏਗੀ ਅਲਵਿਦਾ